ਸਤਿ ਸ਼੍ਰੀ ਅਕਾਲ ਜੀ, ਮੈਂ ਜੈਸਮਿਨ, ਸਟੱਡੀ ਵਰਲਡ ਇਮੀਗ੍ਰੇਸ਼ਨ ਤੋਂ। ਅੱਜ ਦੇ ਸਾਡੇ ਲਾਈਵ ਸੈਸ਼ਨ ਦਾ ਟੌਪਿਕ ਹੈ ਸਟੇਟਮੈਂਟ ਆਫ ਪਰਪਸ, SOP ਐਂਡ GT। ਇੱਕ ਇਹੋ ਟੌਪਿਕ ਹੈ ਜੋ ਕਿ ਬਹੁਤ ਹੀ ਇੰਟਰਸਟਿੰਗ ਔਰ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। SOP ਬਹੁਤ ਇੰਪੋਰਟੈਂਟ ਹੁੰਦੀ ਆ, ਪਰ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵਾ ਕਿ SOP ਵਿੱਚ ਕੀ ਚੀਜ਼ਾਂ ਮੈਨਸ਼ਨ ਕਰਨੀਆਂ ਹੁੰਦੀਆਂ ਵਾ, SOP ਕਿੰਨੀ ਕੁ ਜ਼ਰੂਰੀ ਹੁੰਦੀ ਹੈ, SOP ਲਗਾਉਣੀ ਵੀ ਚਾਹੀਦੀ ਹੈ ਜਾਂ ਨਹੀਂ ਲਗਾਉਣੀ ਚਾਹੀਦੀ ਆ। ਪਰ SOP ਆਪਣਾ ਬਹੁਤ ਮਹੱਤਵਪੂਰਨ ਰੱਖਦਾ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜਿੰਨੀਆਂ ਵੀ ਇੰਬੈਸੀਜ਼ ਨੇ, ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਕੈਨੇਡਾ ਦੀ ਕਰੀਏ, UK ਦੀ ਗੱਲ ਕਰੀਏ, ਕਾਫੀ ਸਾਰੀ ਇੰਬੈਸੀਆਂ ਜਿੰਨੀਆਂ ਵੀ ਨੇ ਉਹ ਇੰਟਰਵਿਊਜ਼ ਨਹੀਂ ਲੈਂਦੀਆਂ, ਕਿਉਂਕਿ ਉਹਨਾਂ ਲਈ ਜੋ SOP ਆ ਬਹੁਤ ਇੰਪੋਰਟੈਂਟ, ਉਹ SOP ਵਿੱਚੋਂ ਹੀ ਸਾਰਾ ਰੀਡ ਆਊਟ ਕਰਦੇ ਨੇ ਕਿ ਬੱਚੇ ਦਾ ਕੀ ਪਰਪਸ ਆ ਬਾਹਰ ਜਾਣ ਦਾ। ਇਸ ਟੌਪਿਕ 'ਤੇ ਮੇਰੇ ਨਾਲ ਜੋ ਡਿਸਕਸ਼ਨ ਕਰਨ ਲਈ ਨੇ ਉਹ ਸਟੱਡੀ ਵਰਲਡ ਦੇ MD ਮਿਸਟਰ ਮਨੀਸ਼ ਗੁਪਤਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਸਭ ਤੋਂ ਪਹਿਲਾਂ ਆਸਟ੍ਰੇਲੀਆ ਲਈ ਪੁੱਛਣਾ ਚਾਹੁੰਦੀ ਹਾਂ ਕਿ ਆਸਟ੍ਰੇਲੀਆ ਵਿੱਚ SOP ਦਾ ਕਿੰਨੀ ਕੁ ਜ਼ਿਆਦਾ ਇੰਪੋਰਟੈਂਸ ਹੈ। ਦੇਖੋ, SOP ਜਿਹੜੀ ਹੈਗੀ ਹੈ ਆਸਟ੍ਰੇਲੀਆ ਵਾਸਤੇ ਬਹੁਤ ਵੱਡਾ ਇੰਪੋਰਟੈਂਟ ਇੱਕ ਡਾਕੂਮੈਂਟ ਹੈਗਾ, ਜੋ ਆਸਟ੍ਰੇਲੀਆ ਦੇਖੋ ਇੰਟਰਵਿਊ ਨਹੀਂ ਦਿੰਦਾ, ਅਤੇ ਇਹਦੇ ਵਿੱਚ ਇਹ ਵੀ ਰਹਿੰਦਾ ਵੀ ਜਿਹੜੀ ਆਸਟ੍ਰੇਲੀਆ ਦੀ ਇੰਟਰਵਿਊ ਇੱਕ ਤਰ੍ਹਾਂ ਦੀ, ਇਹ GT ਜਿਹੜੀ ਇੰਟਰਵਿਊ ਹੁੰਦੀ ਹੈ, SOP ਇੰਟਰਵਿਊ ਹੁੰਦੀ ਹੈ, ਇਹਦੇ ਵਿੱਚ ਸਾਰੇ ਪੁਆਇੰਟਸ, ਯਾਨੀ ਕਿ 20 ਪੁਆਇੰਟ ਆ ਸਾਡੀ ਕੰਪਨੀ ਦੇ, ਜਿਹੜੇ ਅਸੀਂ ਉਹਨੂੰ ਕਵਰ ਕਰਦੇ ਹਾਂ, ਉਹਨੂੰ ਲਿਖਦੇ ਹਾਂ ਜਾਂ ਬੱਚੇ ਤੋਂ ਦਿਖਵਾਉਂਦੇ ਹਾਂ ਜਾਂ ਉਹਨੂੰ ਠੀਕ ਕਰਵਾਉਂਦੇ ਹਾਂ ਬੱਚੇ ਤੋਂ, ਅਗਰ ਬੱਚੇ ਨੇ ਦਿਖੀ ਹੈ ਤਾਂ, ਅਤੇ ਉਹਨੂੰ ਸਹੀ ਤਰੀਕੇ ਨਾਲ ਵੀ ਕਿਸ ਤਰੀਕੇ ਨਾਲ ਫਾਇਦਾ ਨਹੀਂ ਹੈ, ਜਿਹਦੇ ਵਿੱਚ ਹਰ ਇੱਕ ਚੀਜ਼ ਬੱਚੇ ਦੀ ਇੰਟੈਂਸ਼ਨ ਜਿਹੜੀ ਹੈਗੀ ਹੈ, ਬੱਚੇ ਦੀ ਵੀ ਕਿਉਂ ਪੜ੍ਹਨਾ ਚਾਹੁੰਦਾ, ਉਹਦਾ ਬੈਨੀਫਿਟ ਕੀ ਨੇ, ਹੋਰ ਫਾਈਨੈਂਸ਼ੀਅਲ ਤੋਂ ਲੈ ਕੇ ਇਨਕਮ ਤੋਂ ਲੈ ਕੇ ਹਰ ਚੀਜ਼ ਕਵਰ ਹੋ ਜਾਂਦੀ ਹੈ 20 ਪੁਆਇੰਟਸ ਦੇ ਵਿੱਚ। ਮੈਂ ਤੁਹਾਨੂੰ ਸਾਰੇ ਪੁਆਇੰਟਸ ਦੱਸਦਾ, ਅਤੇ ਇਹਦੇ ਵਿੱਚ ਜਿਹੜਾ ਆਸਟ੍ਰੇਲੀਆ ਹੈਗਾ, ਇਹਦੇ ਵਿੱਚ ਇੰਟਰਵਿਊ ਜਿਹੜੀ ਹੈਗੀ ਹੈ ਯੂਨੀਵਰਸਿਟੀਜ਼ ਤੱਕ, ਚਲੋ ਕੋਈ ਕੋਈ ਜਾ ਵੀ ਜਾਂਦੀ ਹੈ, ਵਿੱਚ ਦੀ ਨਹੀਂ ਵੀ ਜਾਂਦੀਆਂ, ਬਟ ਸਟੇਟਮੈਂਟ ਆਫ ਪਰਪਸ ਯੂਨੀਵਰਸਿਟੀਆਂ 'ਚ ਵੀ ਜਾਂਦੀ ਹੈ, ਅਤੇ GTE ਜੋ ਕਿ ਸਟੇਟਮੈਂਟ ਆਫ ਪਰਪਸ ਦਾ ਹੀ ਇੱਕ ਪਾਰਟ ਹੁੰਦਾ ਹੈ, ਉਹ ਵੀ ਜਾਂਦੀ ਹੈ, ਕਿਉਂਕਿ GT ਦਾ ਜਿਹੜਾ ਫੋਰਮ ਹੁੰਦਾ, ਜੋ ਜਿਵੇਂ 5-4 ਪੇਜਾਂ ਦਾ ਫੋਰਮ ਹੈ, ਉਹਦੇ ਵਿੱਚ ਜੋ ਅਸੀਂ SOP 'ਚ ਦੇਖਦੇ ਹਾਂ ਉਹੀ ਸੇਮ ਪੁਆਇੰਟ ਹੁੰਦੇ, ਵੀ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ, ਆਸਟ੍ਰੇਲੀਆ ਦੇ ਬੈਨੀਫਿਟ ਕੀ ਆ, ਹੋਰ ਕਿਹੜੀ ਕੰਟਰੀ ਤੁਸੀਂ ਦੇਖੇ, ਕਿਹੜੀਆਂ ਜੋਬਸ ਮਿਲ ਜਾਣਗੀਆਂ, ਵੀ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਬਥੇਰੀਆਂ ਕਾਲਜਿਸ, ਬਥੇਰੀ ਯੂਨੀਵਰਸਿਟੀਜ਼ ਅਤੇ ਐਮਬੈਸੀ ਦੀ ਤਰਫੋਂ ਵੀ ਜੋ ਸਾਨੂੰ ਗਾਈਡੈਂਸ ਮਿਲਦੀਆਂ, ਅਤੇ ਉਹਦੇ ਅਕੋਰਡਿੰਗ ਵੀ ਅਸੀਂ ਆਪਣੇ ਤਰੀਕੇ ਨਾਲ ਇੱਕ 20 ਪੁਆਇੰਟ ਜਿਹੜੇ ਪੂਰੇ ਕੀਤੇ ਨੇ, ਵੀ ਜਿਹੜੇ ਅਗਰ ਇਹ ਪੁਆਇੰਟ 20 ਬੱਚਾ ਪੂਰੇ ਕਰਦੇ ਤਾਂ ਵੀ ਜਿਹੜੇ ਵੀ ਕੰਟਰੀ ਦੇ ਫਾਇਦੇ ਆ ਜਾਵੇ, ਖਾਸ ਕਰ ਆਸਟ੍ਰੇਲੀਆ ਦੀ ਮੈਂ ਇਸ ਟਾਈਮ ਆਪਾਂ ਡਿਸਕਸ ਕਰ ਰਹੇ ਹਾਂ, ਬਾਕੀ ਕੈਨੇਡਾ ਅਤੇ UK ਦੀ ਇਸ ਤੋਂ ਬਾਅਦ ਆਪਾਂ ਡਿਸਕਸ ਕਰ ਦਾਂਗੇ ਵੀ ਪੁਆਇੰਟ ਟੂ ਪੁਆਇੰਟ, ਵੀ ਇਹ ਜਿਹੜਾ ਲਾਈਕ ਸਟੇਟਮੈਂਟ ਪਰਪਸ ਹੈ, ਅਗਰ ਤੁਸੀਂ ਇਸ ਤਰੀਕੇ ਨਾਲ ਫਾਈਲ ਲਗਾਓ ਤਾਂ ਤੁਸੀਂ ਆਲਮੋਸਟ, ਮੈਂ ਤੁਹਾਨੂੰ ਗਰੰਟੀ ਦੇ ਸਕਦਾ ਵੀ 100% ਤੁਸੀਂ ਵੀਜ਼ਾ ਲੈ ਦੋਗੇ, ਕਿਉਂਕਿ GTE ਜਿਹੜਾ ਡਾਕੂਮੈਂਟ ਹੈ, GTE ਇਹ ਆਸਟ੍ਰੇਲੀਆ ਵਾਸਤੇ ਮੋਸਟ ਇੰਪੋਰਟੈਂਟ ਡਾਕੂਮੈਂਟ ਹੈ, ਅਤੇ GT ਦਾ ਮਤਲਬ ਹੀ ਸਟੇਟਮੈਂਟ ਆਫ ਪਰਪਸ ਹੈ ਬੇਸਿਕਲੀ, ਵੀ ਤੁਸੀਂ ਆਪਣੇ ਬਾਰੇ ਦੱਸਦੇ ਹੋ, ਆਪਣੀ ਇੰਟਰੋਡਕਸ਼ਨ ਦਿੰਦੇ ਹੋ, ਵੀ ਕੀ ਐਜੂਕੇਸ਼ਨ ਹੈ, ਕੀ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ, ਆਪਦੀ ਪੂਰਾ ਆਪਣੀ ਹਿਸਟਰੀ ਅਤੇ ਫਿਊਚਰ ਅਤੇ ਪ੍ਰੈਜੈਂਟ ਹਰ ਚੀਜ਼, ਅਤੇ ਜੋ ਰੀਜ਼ਨਿੰਗ ਹੈ ਉਹ ਦੇਣੀ ਜਿਹਦੇ ਵਿੱਚ ਜ਼ਰੂਰੀ ਹੈ, ਕਾਫੀ ਚੀਜ਼ਾਂ ਇਹਦੇ ਵਿੱਚ ਹੈਗੀਆਂ। ਮੈਂ ਸਟਾਰਟ ਕਰਦਾ, ਸਭ ਤੋਂ ਪਹਿਲਾਂ ਜੀ ਇੰਟਰੋਡਕਸ਼ਨ 'ਤੇ ਆ ਜਾਂਦੇ ਹਾਂ ਆਪਾਂ, ਸਭ ਤੋਂ ਪਹਿਲਾਂ ਪੁਆਇੰਟ ਆ ਗਿਆ ਇੰਟਰੋਡਕਸ਼ਨ, ਵੀ ਇੰਟਰੋਡਕਸ਼ਨ ਤੁਹਾਡੇ, ਤੁਸੀਂ ਆਪਣੇ ਬਾਰੇ ਦੱਸ ਰਹੇ ਹੋ, ਆਪਣੀ ਫੈਮਿਲੀ ਬਾਰੇ, ਆਪਣੇ ਹਸਬੈਂਡ ਬਾਰੇ, ਕੀ ਕਰਦੇ ਨੇ, ਛੋਟੇ ਬ੍ਰਦਰ ਹੈ, ਬ੍ਰਦਰ ਛੋਟੇ ਵੱਡੇ ਬ੍ਰਦਰ ਹੈਗੇ ਨੇ, ਕੋਈ ਮੈਰਿਡ ਹੈ, ਕੋਈ ਅਨਮੈਰਿਡ ਹੈ, ਉਹਨੇ ਬਾਰੇ ਵੀ ਕੀ ਕੰਮ ਕਰਦੇ ਨੇ, ਵੀ ਕੀ ਉਹਨਾਂ ਦੀ ਸਿਚੁਏਸ਼ਨ ਹੈਗੀ ਹੈ। ਸੈਕਿੰਡ ਪੁਆਇੰਟ ਆ ਜਾਂਦਾ ਜੀ ਸਾਡਾ ਐਜੂਕੇਸ਼ਨ ਦਾ, ਵੀ ਪੜ੍ਹਾਈ ਕੀ ਕੀਤੀ ਹੈ, ਤੁਹਾਡਾ ਪੜ੍ਹਾਈ ਐਜੂਕੇਸ਼ਨ ਕੀ ਕੀਤੀ ਹੈ, ਵੀ ਕੀ ਤੁਸੀਂ ਕਿਹੜੇ ਸਾਲ 'ਚ ਕਿਹੜੀ ਪੜ੍ਹਾਈ ਕੰਪਲੀਟ ਕੀਤੀ ਹੈ, ਅਤੇ ਵੀ ਕਿੰਨੇ ਪਰਸੈਂਟ ਨੰਬਰ ਹੈ, ਕਿਹੜੀ ਯੂਨੀਵਰਸਿਟੀ ਹੈਗੀ ਹੈ, ਕਿਹੜੇ ਕਿੰਨੇ ਡਿਵੀਜ਼ਨ 'ਚ ਤੁਸੀਂ ਪਾਸ ਕੀਤੀ ਹੈ, ਅਤੇ ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ। ਅਤੇ ਫਿਰ ਇਹਦੇ ਵਿੱਚ ਅਗਰ ਕਈ ਵਾਰੀ ਬੱਚੇ ਦੀ ਵੀ ਜੋਬ ਵੀ ਹੁੰਦੀ ਹੈ, ਵਰਕ ਐਕਸਪੀਰੀਅੰਸ ਹੁੰਦਾ ਹੈ, ਅਤੇ ਥਰਡ ਪੁਆਇੰਟ ਅਸੀਂ ਜੋਬ ਜਾਂ ਵਰਕ ਐਕਸਪੀਰੀਅੰਸ ਦਾ ਲੈ ਦਿੰਦੇ ਹਾਂ, ਉਹਦੇ 'ਚ ਦੇਖਿਆ ਜਾਂਦਾ ਵੀ ਕਿਹੜੀ ਕੰਪਨੀ 'ਚ ਤੁਸੀਂ ਜੋਬ ਕੀਤੀ ਹੈ, ਕਿਹੜੀ ਪੋਜੀਸ਼ਨ 'ਤੇ ਤੁਸੀਂ ਕੰਮ ਕੀਤਾ ਹੈ, ਅਤੇ ਜੋਬ ਡਿਊਟੀਜ਼ ਕੀ ਸੀਗਾ, ਇਹ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ। ਅਤੇ ਕਈ ਵਾਰੀ ਇਹ ਜਿਹੜੇ 2 ਅਤੇ 3 ਪੁਆਇੰਟ ਨੂੰ ਕੰਬਾਈਨ ਕਰਨਾ ਪੈ ਜਾਂਦਾ ਹੈ, ਉਹ ਤਦ ਹੈਗਾ ਵੀ ਅਗਰ ਤੁਸੀਂ ਪਹਿਲਾਂ ਪੜ੍ਹਾਈ ਕੀਤੀ ਜੀ, ਫਿਰ ਅੱਗੇ ਪੜ੍ਹਾਈ ਕੀਤੀ, ਫਿਰ ਜੋਬ ਕਰਦੀ, ਫਿਰ ਪੜ੍ਹਾਈ ਕਰਦੀ, ਫਿਰ ਜੋਬ ਕਰਦੀ, ਫਿਰ ਪੜ੍ਹਾਈ ਕਰਦੀ, ਜਿਵੇਂ ਕਈ ਵਾਰੀ ਕਾਫੀ ਵੇਰੀਏਸ਼ਨ ਹੁੰਦੀ ਹੈ, ਅਤੇ ਇਹਦੇ ਵਿੱਚ ਅਸੀਂ ਇੱਕ ਤਰ੍ਹਾਂ ਦਾ ਵੀ ਇੱਕ ਕੰਬਾਈਂਡ ਲਿਖ ਦਿੰਦੇ ਹਾਂ, ਵੀ ਪਹਿਲਾਂ ਡੇਟਾ ਪੈ ਜਾਂਦੀ ਹੈ, ਵੀ ਪਹਿਲਾਂ ਪੜ੍ਹਾਈ ਕੀਤੀ, ਫਿਰ ਡੇਟਾ ਆ ਗਈ ਜੋਬ ਦੀ, ਵੀ ਉਹ ਇੱਕ ਬਹੁਤ ਈਜ਼ੀ ਫਾਰਮੈਟ ਜਿਹਾ ਬਣ ਜਾਂਦਾ ਹੈ, ਵੀ ਵੀਜ਼ਾ ਅਫਸਰ ਜਦ ਖੋਲ੍ਹ ਕੇ ਦੇਖਦਾ ਹੈ ਅਤੇ ਉਹ ਇੱਕ ਸਮਰੀ ਮਿਲ ਜਾਂਦੀ ਹੈ ਉਹਨੂੰ ਵੀ, ਠੀਕ ਹੈ ਜੀ ਇਹ ਪੜ੍ਹਾਈ ਕੀਤੀ, 90% ਨੰਬਰ ਐਵੇਂ ਹੈ, ਫਿਰ ਜੋਬ ਕੀਤੀ ਹੈ, ਫਿਰ ਪੜ੍ਹਾਈ ਕੀਤੀ, ਫਿਰ ਜੋਬ ਕੀਤੀ ਹੈ, ਅਤੇ ਉਹਨੂੰ ਫਿਰ ਜ਼ਿਆਦਾ ਸ਼ਫਲਿੰਗ ਨਹੀਂ ਕਰਨੀ ਪੈਂਦੀ ਕਾਗਜ਼ਾਂ 'ਤੇ, ਕਿਉਂਕਿ ਕਈ ਵਾਰੀ ਵੀਜ਼ਾ ਅਫਸਰ ਆਪ ਹੀ ਕਨਫਿਊਜ਼ ਹੋ ਜਾਂਦਾ ਡਾਕੂਮੈਂਟ ਦੇਖ ਕੇ, ਵੀ ਇਹ ਪਹਿਲਾਂ ਪੜ੍ਹਾਈ ਕਰ ਰਿਹਾ, ਫਿਰ ਜੋਬ ਕਰ ਰਿਹਾ, ਪੜ੍ਹਾਈ ਕਰ ਰਿਹਾ, ਜੋਬ ਕਰ ਰਿਹਾ, ਪੜ੍ਹਾਈ ਕਰ ਰਿਹਾ, ਵੀ ਲਾਈਕ ਵੀ ਉਹ ਡੇਟਾ ਮਿਸਮੈਚ ਜਿਹੀਆਂ ਕਰ ਜਾਂਦੇ, ਕਈ ਵਾਰੀ ਉਹ ਬੰਦਾ ਆਪ ਵੀ ਕਨਫਿਊਜ਼ ਹੋ ਕੇ ਥੋੜ੍ਹਾ ਜਿਹਾ ਵੀ ਡਿਸੀਜਨ ਗਲਤ ਦੇ ਸਕਦਾ, ਬਟ ਅਗਰ ਜਦ ਆਪਾਂ ਸਮਰੀ ਦਿੰਦੇ ਹਾਂ ਹਰ
चीज़ डेट वाइज हर चीज़ तरीके ना चैक करके ते हर चीज़ पॉइंट पूरे कर रहे हैं तो कन्फ्यूज हुंदा वीज़ा ऑफिसर नूं समझ आता भी हाँ यार पढ़ाई भी उहदे विच है ते जॉब भी जिहड़ी हैगी फॉरमेट च हैगी है ते चलो समझ आ जाता उहनूं सारा केस जिहड़ा हैगा। उस तो बाद जिहड़ा तीसरा पॉइंट असीं दिंदे हां जी करियर गोल्स दा, करियर गोल्स दे विच आ जांदा वी तुसीं तुहाडी जिंदगी दा मकसद की है, की करियर गोल्स है ते उह कीवें तुसीं पूरे करोगे वी इह पॉइंट आ जांदा। चौथा पॉइंट जिहड़ा असीं जिहड़ा पुटअप करदे हां वी ਤੁਸੀਂ ਫਰਦਰ ਸਟੱਡੀ ਕਰਨੀ ਕਿਉਂ ਹੈ ਵੀ ਤੁਸੀਂ ਜਦੋਂ ਇੰਡੀਆ 'ਚ ਜੀ ਕਰਦੀ ਪੜ੍ਹਾਈ ਹੋ ਸਕਦਾ ਤੁਸੀਂ ਬੈਚਲਰ ਵੀ ਕਰ ਰੱਖੀ ਹੋ ਸਕਦਾ ਮਾਸਟਰਸ ਵੀ ਕਰ ਰੱਖੀ ਹੋ ਵੀ ਅੱਗੇ ਤੁਸੀਂ ਫਰਦਰ ਪੜ੍ਹਨਾ ਹੀ ਕਿਉਂ ਚਾਹੁੰਦੇ ਹੋ ਉਹਦਾ ਰੀਜ਼ਨ ਕੀ ਹੈ ਇਹਦੇ 'ਚ ਇਹ ਦੇਖਣਾ ਜ਼ਰੂਰੀ ਹੈ ਵੀ ਫਰਦਰ ਸਟੱਡੀ ਕਰਕੇ ਵੀ ਮੈਨੂੰ ਇੱਕ ਵਧੀਆ ਐਜੂਕੇਸ਼ਨ ਅਤੇ ਜੋਬ ਓਰੀਐਂਟਡ ਐਜੂਕੇਸ਼ਨ ਜੋ ਮੈਨੂੰ ਇੰਡੀਆ 'ਚ ਹਜੇ ਨਹੀਂ ਮਿਲ ਪਾਈ ਉਹ ਕਰਨਾ ਜ਼ਰੂਰੀ ਹੈ ਅਤੇ ਇਹ ਫੋਰਨ ਐਜੂਕੇਸ਼ਨ ਨਾਲ ਮੈਨੂੰ ਬਹੁਤ ਵਧੀਆ ਜੋਬਸ ਓਪਰਚੁਨਿਟੀਜ਼ ਮਿਲ ਜਾਣਗੀਆਂ ਜਿਹੜੀਆਂ ਕਿ ਹੁਣ ਮੈਨੂੰ ਨਹੀਂ ਮਿਲ ਰਹੀਆਂ ਹੈਗੀਆਂ। ਫਿਰ ਅਗਲਾ ਪੁਆਇੰਟ ਆ ਜਾਂਦਾ ਜੀ ਵੀ ਇਹ ਜਿਹੜਾ ਪਰਟੀਕੁਲਰ ਕੋਰਸ ਤੁਸੀਂ ਚੂਜ਼ ਕੀਤਾ ਇਹ ਕਿਉਂ ਚੂਜ਼ ਕੀਤਾ ਵੀ ਇਹਦਾ ਰੀਜ਼ਨ ਕੀ ਹੈ ਵੀ ਇਹ ਪਰਟੀਕੁਲਰ ਕੋਰਸ ਹੀ ਕਿਉਂ ਕਰਨਾ ਹੈ। ਫਿਰ ਉਹਦੇ ਕੋਰਸ ਦੇ ਬੈਨੀਫਿਟ ਆ ਜਾਂਦੇ ਨੇ ਵੀ ਬੈਨੀਫਿਟ 'ਚ ਦੇਖਿਆ ਜਾਂਦਾ ਵੀ ਤੁਸੀਂ ਇਹ ਕੋਰਸ ਕਰਨ ਤੋਂ ਬਾਅਦ ਇਸ ਟਾਈਪ ਦੀਆਂ ਜੋਬਸ ਅਵੇਲੇਬਲ ਹੈਗੀਆਂ, ਇਹ ਜੋਬਸ ਇਹ ਕੰਪਨੀ 'ਚ ਮੈਂ ਕੰਮ ਕਰ ਸਕਦਾ ਹੈਗਾ ਅਤੇ ਇਹ ਪੋਜੀਸ਼ਨਸ ਜਿਹੜੀਆਂ ਹੈਗੀਆਂ ਵੀ ਮੈਨੂੰ ਰਫਲੀ ਮਿਲ ਸਕਦੀਆਂ ਵੀ ਇੱਕ ਬੇਸਿਕ ਇਨਫੋਰਮੇਸ਼ਨ। ਫਿਰ ਇਹਦੇ ਵਿੱਚ ਕਰੀਅਰ ਪ੍ਰੋਗਰੈਸ਼ਨ ਮਿਲ ਜਾਂਦੀ ਹੈ ਜੀ ਮੈਨੂੰ ਇਹ ਜੋਬ ਕਰਨ ਇਹ ਕੋਰਸ ਕਰਨ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਹੈ ਵੀ ਜਿਵੇਂ ਫੋਰ ਐਗਜ਼ਾਮਪਲ ਆਈ ਟੀ 'ਚ ਪੜ੍ਹਨ ਜਾ ਰਿਹਾ ਕਹਿ ਸਕਦਾ ਵੀ ਇੰਡੀਆ ਆਈ ਟੀ ਦੀ ਇੰਡਸਟਰੀ ਹੈਗੀ ਇੰਡੀਆ 'ਚ ਇਹ ਕੋਰਸ ਕਰਕੇ ਵੀ ਆਈ ਟੀ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ ਅਤੇ ਵੀ ਮੈਂ ਇੰਪਲੋਇਬਿਲਟੀ ਮੇਰੀ ਬਣ ਜਾਏਗੀ ਜਾਂ ਕਈ ਵਾਰੀ ਕੋਰਸਿਸ ਹੀ ਐਸੇ ਹੁੰਦੇ ਨੇ ਜਿਵੇਂ ਇੰਟਰਨੈਟ ਵਰਕਿੰਗ ਆ ਗਈ, ਸਾਈਬਰ ਸਿਕਿਉਰਿਟੀ ਆ ਗਈ ਵੀ ਇਹਦੇ ਵਿੱਚ ਬੱਚੇ ਜਿਹੜੇ ਕੰਮ ਜਿਹੜੇ ਪੜ੍ਹਨ ਜਾਂਦੇ ਨੇ ਵੀ ਉਹ ਇੰਡੀਆ 'ਚ ਸਪੈਸ਼ਲਾਈਜੇਸ਼ਨ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਫਿਰ ਉਹ ਡਿਮਾਂਡ ਵਾਲੇ ਪਾਸੇ ਜਾ ਸਕਦਾ ਵੀ ਇਹ ਕੋਰਸ ਦੀ ਇੰਡੀਆ 'ਚ ਡਿਮਾਂਡ ਬਹੁਤ ਹੈ, ਇਹਦੀ ਇੰਪਲੋਇਬਿਲਟੀ ਜ਼ਿਆਦਾ ਹੈ ਅਤੇ ਇਹ ਮੈਨੂੰ ਬੈਨੀਫਿਟ ਕਰੇਗੀ। ਫਿਰ ਅਗਲਾ ਕੋਈ ਜਿਹੜਾ ਆ ਜਾਂਦਾ ਜੀ ਉਹ ਆ ਜਾਂਦਾ ਵੀ ਆਸਟ੍ਰੇਲੀਆ ਹੀ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ, ਹੋਰ ਕਿਸੇ ਕੰਟਰੀ 'ਚ ਕਿਉਂ ਨਹੀਂ ਪੜ੍ਹਨ ਦੇ ਸੋਚਿਆ। ਫਿਰ ਇਹਦੇ 'ਚ ਕੰਪੈਰੀਜ਼ਨ ਆਉਂਦਾ ਵੀ ਆਸਟ੍ਰੇਲੀਆ ਦਾ ਆ ਜਾਂਦਾ, ਆਸਟ੍ਰੇਲੀਆ ਨੂੰ ਅਸੀਂ ਕੈਨੇਡਾ ਨਾਲ ਕੰਪੇਅਰ ਕਰਦੇ ਹਾਂ ਜਿਵੇਂ ਆਸਟ੍ਰੇਲੀਆ ਅਗਰ ਬੱਚਾ ਜਾ ਰਿਹਾ ਤਾਂ ਕੈਨੇਡਾ ਕਹਿ ਸਕਦਾ ਠੰਡ ਜ਼ਿਆਦਾ ਹੈਗੀ ਹੈ ਜੀ ਅਤੇ ਜਿਹੜਾ ਟੈਂਪਰੇਚਰ ਕਾਫੀ ਲੋਅ ਰਹਿੰਦਾ ਅਤੇ ਵੀ ਮੈਨੂੰ ਇੰਨੇ ਕਿਉਂਕਿ ਇੰਡੀਆ 'ਚ ਰਹਿੰਦੇ ਹਾਂ ਵੀ ਸਾਨੂੰ ਇੰਨੇ ਠੰਡੇ ਮੌਸਮ 'ਚ ਰਹਿਣ ਦਾ ਆਦਤ ਨਹੀਂ ਹੈਗੀ ਅਤੇ ਲਾਈਕ ਉਸ ਟਾਈਪ ਦੀਆਂ ਚੀਜ਼ਾਂ ਜਿਹੜੀਆਂ ਮੈਨਸ਼ਨ ਕੀਤੀਆਂ ਜਾ ਸਕਦੀਆਂ। ਅਤੇ ਅਗਰ ਬੱਚਾ ਨਾਲ ਇਹਨੂੰ ਕੰਪੇਅਰ ਕਰ ਸਕਦਾ ਜਿਵੇਂ ਯੂ ਐੱਸ ਏ ਨਾਲ ਬੱਚਾ ਦੇਖ ਸਕਦਾ ਵੀ ਜਦੋਂ ਜੀ ਮੈਂ ਆਸਟ੍ਰੇਲੀਆ ਨੂੰ ਕੰਸਿਡਰ ਕਰਦਾ ਵੀ ਸੇਫ ਜ਼ਿਆਦਾ ਹੈਗਾ ਐਜ਼ ਕੰਪੇਅਰ ਟੂ ਯੂ ਐੱਸ ਏ ਅਤੇ ਵੀ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਕਾਫੀ ਅੱਛੇ ਰਾਈਟਸ ਨੇ ਜੋ ਕਿ ਬਾਕੀ ਕਾਫੀ ਕੰਟਰੀਆਂ 'ਚ ਨਹੀਂ ਹੈਗੇ। ਯੂ ਕੇ ਦਾ ਕੰਪੈਰੀਜ਼ਨ ਹੋ ਸਕਦਾ ਵੀ ਯੂ ਕੇ ਦੀ ਪੜ੍ਹਾਈ ਮਹਿੰਗੀ ਹੈਗੀ ਹੈ ਜੀ, ਉੱਥੇ ਆਪਣਾ ਮੈਨੂੰ ਐਕਸੈਂਟ ਦੀ ਪ੍ਰੋਬਲਮ ਆ ਸਕਦੀ ਕਿਉਂਕਿ ਕਾਫੀ ਸਟਰੋਂਗ ਐਕਸੈਂਟ ਹੈਗਾ ਅਤੇ ਮੌਸਮ ਵੀ ਠੰਡਾ ਰਹਿੰਦਾ ਕਾਫੀ ਅਤੇ ਵੀ ਪਾਊਂਡ ਜਿਹੜਾ ਹੈਗਾ ਕਾਫੀ ਹਾਈ ਹੈ ਅਤੇ ਲਿਵਿੰਗ ਕੋਸਟ ਵਗੈਰਾ ਜ਼ਿਆਦਾ ਹੈਗੀ ਹੈ ਅਤੇ ਇਹ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਜਾ ਸਕਦੀਆਂ ਜੋ ਕਿ ਇੱਕ ਕੰਪੈਰੀਜ਼ਨ ਬਣਾ ਦਿੰਦੀ ਹੈ ਵੀ ਕੰਟਰੀ ਟੂ ਕੰਟਰੀ। ਫਿਰ ਅਗਲਾ ਆ ਜਾਂਦਾ ਜੀ ਵੀ ਇੰਡੀਆ 'ਚ ਹੀ ਪੜ੍ਹਾਈ ਕਿਉਂ ਨਹੀਂ ਕਰਨੀ, ਇਹ ਫੋਰਨ ਕੰਟਰੀ ਹੀ ਕਿਉਂ ਚੂਜ਼ ਕੀਤਾ। ਫਿਰ ਉਹਦੇ ਵਿੱਚ ਆ ਜਾਂਦਾ ਵੀ ਇੰਡੀਆ 'ਚ ਪ੍ਰੈਕਟੀਕਲ ਐਜੂਕੇਸ਼ਨ ਦਾ ਇਸ਼ੂ ਆ ਗਿਆ ਜੀ, ਪੜ੍ਹਾਈ ਬੱਚਿਆਂ ਕੋਲ ਕਰ ਦਿੰਦੇ ਆ, ਡਿਗਰੀ ਹੁੰਦੀ ਹੈ ਬਟ ਉਹਨਾਂ ਨੂੰ ਆਉਂਦਾ ਪ੍ਰੈਕਟੀਕਲੀ ਕੁਛ ਨਹੀਂ ਹੁੰਦਾ ਹੈਗਾ ਅਤੇ ਜੋਬ ਰੈਡੀ ਨਹੀਂ ਹੁੰਦੇ ਬੱਚੇ ਕਿਉਂਕਿ ਇੰਡੀਆ 'ਚ ਜੋ ਪੜ੍ਹਾਈ ਥਿਓਰੀਟੀਕਲ ਜ਼ਿਆਦਾ ਹੁੰਦੀ ਹੈ ਪ੍ਰੈਕਟੀਕਲ ਨਹੀਂ ਹੁੰਦੀ। ਅਤੇ ਫਿਰ ਇੰਡੀਆ ਦੀ ਕੁਛ ਯੂਨੀਵਰਸਿਟੀ ਦਾ ਜਿਵੇਂ ਕੰਪੈਰੀਜ਼ਨ ਕੀਤਾ ਜਾਂਦਾ ਵੀ ਫਲਾਣੀ ਯੂਨੀਵਰਸਿਟੀ 'ਚ ਇੰਡੀਆ 'ਚ ਇਹ ਜੋ ਇਹ ਕੋਰਸ ਅਤੇ ਇਹ ਸਾਰਾ ਕੁਛ ਅਵੇਲੇਬਲ ਹੈ ਬਟ ਉਹਦੀ ਫਿਰ ਫੀਸਾਂ ਲਿਖੀਆਂ ਜਾਂਦੀਆਂ ਅਤੇ ਸਾਰਾ ਕੁਛ ਲੋਕੇਸ਼ਨ ਵਗੈਰਾ ਯੂਨੀਵਰਸਿਟੀ ਦਾ ਨਾਮ ਆ ਜਾਂਦਾ ਸਾਰਾ। ਫਿਰ ਆਉਂਦਾ ਵੀ ਇਹਦਾ ਇੱਥੇ ਨਾ ਪੜ੍ਹਨ ਦਾ ਕਾਰਨ ਇਹ ਹੈ ਵੀ ਇੱਥੇ ਜਿਵੇਂ ਚਲੋ ਜਿਵੇਂ ਕਾਸਟ ਬੇਸਡ ਕੋਟਾ ਸਿਸਟਮ ਆ ਜਾਂਦਾ ਵੀ ਠੀਕ ਹੈ, ਵਧੀਆ ਸਟੂਡੈਂਟ ਜਿਹੜੇ ਹੈਗੇ ਨੇ ਉਹ ਕਈ ਵਾਰੀ ਰਹਿ ਜਾਂਦੇ ਨੇ ਵੀ ਰਿਜ਼ਰਵੇਸ਼ਨ ਦੇ ਚੱਕਰ 'ਚ। ਅਤੇ ਹੋਰ ਆ ਜਾਂਦੀਆਂ ਗੱਲਾਂ ਵੀ ਇੱਥੇ ਜਿਵੇਂ ਰੈਗਿੰਗ ਹੋ ਗਈ, ਬੁਲਿੰਗ ਹੋ ਗਈ ਅਤੇ ਹੋਰ ਸੇਫਟੀ ਇਸ਼ੂਜ਼ ਆ ਜਾਂਦੇ ਨੇ ਵੀ ਕੈਂਪਸਿਸ 'ਚ ਕਈ ਵਾਰੀ ਕਈ ਕੈਂਪਸਿਸ 'ਚ ਸੇਫਟੀ ਨਹੀਂ ਹੁੰਦੀ ਕੁੜੀਆਂ ਵਾਸਤੇ ਜਾਂ ਚਲੋ ਮੁੰਡੇ ਹੈਗੇ ਨੇ ਪੋਲੀਟਿਕਸ ਵਗੈਰਾ 'ਚ ਜ਼ਿਆਦਾ ਕਾਫੀ ਰਹਿੰਦੇ ਨੇ ਕਈ ਵਾਰੀ, ਅਤੇ ਫਿਰ ਉਹਦੇ ਵਿੱਚ ਵੀ ਚਲੋ ਸੇਫਟੀ ਇਸ਼ੂਜ਼ ਆ ਜਾਂਦੇ ਨੇ ਥੋੜ੍ਹੇ ਜਿਹੇ। ਅਤੇ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਵਰ ਕਰਕੇ ਬੱਚਾ ਕਹਿ ਸਕਦਾ ਵੀ ਮੈਂ ਇੰਡੀਆ 'ਚ ਇਸ ਕਰਕੇ ਨਹੀਂ ਪੜ੍ਹਨਾ ਚਾਹੁੰਦਾ ਕਿਉਂਕਿ ਇਹ ਸਾਰੇ ਰੀਜ਼ਨਸ ਹੈਗੇ ਨੇ। ਫਿਰ ਇਹ ਵੀ ਕਹਿ ਸਕਦਾ ਵੀ ਆਸਟ੍ਰੇਲੀਆ ਜਿਹੜੀ ਫੋਰਨ ਦੀ ਐਜੂਕੇਸ਼ਨ ਹੈ ਐਜ਼ ਕੰਪੇਅਰ ਟੂ ਇੰਡੀਅਨ ਐਜੂਕੇਸ਼ਨ ਪ੍ਰੈਫਰਡ ਜ਼ਿਆਦਾ ਹੈ ਜੋਬ ਦੇ ਵਿੱਚ ਕਿਉਂਕਿ ਬੱਚੇ ਨੂੰ ਐਕਸਪੋਜਰ ਮਿਲਦਾ, ਇੰਟਰਨੈਸ਼ਨਲ ਐਕਸਪੋਜਰ, ਇੰਗਲਿਸ਼ ਵਧੀਆ ਹੁੰਦੀ ਹੈ, ਉਹਨੂੰ ਕੰਪਿਊਟਰ ਸਕਿੱਲਸ ਬੈਟਰ ਹੋ ਜਾਂਦੇ ਨੇ, ਗੱਲਬਾਤ ਕਰਨ ਦੇ ਐਟੀਕੇਟਸ ਬੈਟਰ ਹੋ ਜਾਂਦੇ ਨੇ, ਇਹ ਸਾਰੀ ਚੀਜ਼ਾਂ ਮੈਨੂੰ ਕਿਤੇ ਨਾ ਕਿਤੇ ਅੱਗੇ ਜਾ ਕੇ ਹੈਲਪ ਕਰਨਗੀਆਂ। ਫਿਰ ਅੱਗੇ ਆ ਜਾਂਦਾ ਜੀ ਆਸਟ੍ਰੇਲੀਆ 'ਚ ਕਿਉਂ ਚੂਜ਼ ਕੀਤਾ, ਕਿਸੇ ਹੋਰ ਕੰਟਰੀ ਨੂੰ ਕਿਉਂ ਨਹੀਂ ਚੂਜ਼ ਕੀਤਾ ਹੈਗਾ। ਅਤੇ ਇਹਦੇ ਵਿੱਚ 3-4 ਕੰਟਰੀ ਆਪਾਂ ਮੈਂਸ਼ਨ ਕਰਕੇ ਅਤੇ ਉਹਦੀਆਂ ਇੱਕ ਸਮਰੀ ਬਣਾ ਦਿੰਦੇ ਹਾਂ ਵੀ ਆਸਟ੍ਰੇਲੀਆ 'ਚ ਇਹ ਬੈਟਰ ਹੈ, ਉਹਨਾਂ ਵਿੱਚ ਜਿਵੇਂ ਲਿਵਿੰਗ ਕੋਸਟ ਕਈਆਂ 'ਚ ਜਿਵੇਂ ਯੂ ਐੱਸ ਏ 'ਚ ਜ਼ਿਆਦਾ ਹੈਗੀ ਹੈ ਜੀ, ਯੂ ਕੇ 'ਚ ਲਿਵਿੰਗ ਕੋਸਟ ਜ਼ਿਆਦਾ ਹੈਗੀ ਹੈ, ਕੈਨੇਡਾ ਦੀ ਵੈਦਰ ਦੀ ਗੱਲ ਆ ਜਾਂਦੀ ਹੈ,
ਨਿਊਜ਼ੀਲੈਂਡ ਆਪਾਂ ਕਹਿ ਸਕਦੇ ਹਾਂ ਛੋਟਾ ਕੰਟਰੀ ਹੈ, ਅਤੇ ਵੀ ਉਹਦੇ ਵਿੱਚ ਅੱਗੇ ਵੀ ਓਪਰਚੁਨਿਟੀਜ਼ ਵਗੈਰਾ ਘੱਟ ਮਿਲਣਗੀਆਂ ਮੈਨੂੰ, ਅਤੇ ਇਹ ਸਾਰੀਆਂ ਚੀਜ਼ਾਂ ਮੈਨਸ਼ਨ ਕੀਤੀਆਂ ਜਾ ਸਕਦੀਆਂ। ਪਲੱਸ ਇਹ ਸਾਰੇ ਕੰਟਰੀਜ਼ ਦੀ ਅਸੀਂ ਯੂਨੀਵਰਸਿਟੀਜ਼ ਜਿਹੜੀ ਵੀ ਬੱਚੇ ਨੇ ਜਿਵੇਂ ਆਸਟ੍ਰੇਲੀਆ 'ਚ ਕੋਈ ਜਿਹੜੀ ਯੂਨੀਵਰਸਿਟੀ ਪਰਟੀਕੁਲਰ ਕੋਰਸ ਵਾਸਤੇ ਦਿੱਤੀ ਹੈ, ਅਸੀਂ ਇਹ ਨਾਲ ਮੈਨਸ਼ਨ ਕਰਨਾ ਜ਼ਰੂਰੀ ਹੈ ਵੀ ਜਿਵੇਂ UK ਜਾਂ ਕੈਨੇਡਾ ਜਾਂ ਨਿਊਜ਼ੀਲੈਂਡ ਦੀ ਗੱਲ ਕਰੀਏ, ਉੱਥੋਂ ਦੀਆਂ ਵੀ ਸੇਮ ਟਾਈਪ ਦੀਆਂ ਯੂਨੀਵਰਸਿਟੀਆਂ ਜੋ ਸੇਮ ਕੋਰਸ ਪੜ੍ਹਾਉਂਦੀਆਂ, ਅਤੇ ਉਹ ਕਿਉਂ ਨਹੀਂ ਚੂਜ਼ ਕੀਤੀਆਂ ਹੈਗੀਆਂ, ਉਹਨਾਂ ਵਿੱਚ ਕਿਹੜੇ ਕੋਰਸ ਪੜ੍ਹਾਏ ਜਾਣੇ ਆ, ਕੀ ਫੀਸ ਸਟਰਕਚਰ ਹੈ, ਕੀ ਉਹਨਾਂ ਦੀ ਵੈਬਸਾਈਟ ਦਾ ਨਾਮ ਹੈ, ਇਹ ਸਾਰਾ ਕੁਝ ਮੈਨਸ਼ਨ ਕੀਤਾ ਜਾਂਦਾ ਹੈ। ਕਿਉਂਕਿ ਇਹ ਜਿੰਨਾ ਵੀ ਆਪਾਂ ਮੈਨਸ਼ਨ ਕਰਾਂਗੇ ਸਾਰੀ ਚੀਜ਼ਾਂ, ਇਹਦੇ ਨਾਲ ਇਹ ਪਤਾ ਲੱਗਦਾ ਹੈ ਬੱਚੇ ਨੇ ਰਿਸਰਚ ਕੀਤੀ ਹੈ, ਬੱਚਾ ਸੀਰੀਅਸ ਹੈ ਪੜ੍ਹਨ ਨੂੰ, ਉਹਨੇ ਪੂਰਾ ਦਾ ਪੂਰਾ ਪੂਰਾ ਚੈੱਕ ਕਰ ਚੁੱਕਿਆ, ਬੱਚਾ ਪੂਰੀ ਰਿਸਰਚ ਕਰ ਚੁੱਕਿਆ, ਹਰ ਚੀਜ਼ ਦੇ ਤਰੀਕੇ ਨਾਲ ਚੈੱਕ ਕਰ ਚੁੱਕਿਆ ਵੀ ਵੀ ਇਹ ਕਿਸ ਤਰੀਕੇ ਨਾਲ ਵੀ ਵੀ ਸਾਰੀ ਰਿਸਰਚ ਦਾ ਜਿਹੜਾ ਹੈਗਾ ਉਹਨੇ ਸਾਰੀ ਉਹ ਚੀਜ਼ ਲਿਖੀ ਹੈ ਇਹਦੇ ਵਿੱਚ, ਵੀ ਉਹਨੂੰ ਪਤਾ ਹੈ ਸਾਰੇ ਬੱਚੇ ਨੂੰ। ਫਿਰ ਅਗਲਾ ਜਿਹੜਾ ਅਸੀਂ ਲੈ ਕੇ ਚੱਲਦੇ ਹਾਂ ਜੀ ਵੀ ਯੂਨੀਵਰਸਿਟੀ ਕੰਪੈਰੀਜ਼ਨ, ਵੀ ਅਗਰ ਸਪੋਜ਼ ਕਰੋ ਬੱਚੇ ਨੇ ਉੱਥੇ ਫੈਡਰੇਸ਼ਨ ਯੂਨੀਵਰਸਿਟੀ ਦਿੱਤੀ ਆਸਟ੍ਰੇਲੀਆ 'ਚ, ਉਹ ਕੰਪੇਅਰ ਕਰਦਾ ਵੀ ਫੈਡਰੇਸ਼ਨ ਯੂਨੀਵਰਸਿਟੀ ਨੂੰ ਮੈਂ ਹੋਰ 3 ਜਾਂ 4 ਯੂਨੀਵਰਸਿਟੀਆਂ ਨਾਲ ਮੈਂ ਕੰਪੇਅਰ ਕੀਤਾ ਜੀ, ਉਹ ਯੂਨੀਵਰਸਿਟੀਆਂ ਦੇ ਨਾਮ ਆ ਜਾਂਦੇ, ਕੋਰਸ ਦੇ ਨਾਮ ਆ ਜਾਂਦੇ, ਫੀਸ ਸਟਰਕਚਰ ਆ ਜਾਂਦਾ। ਫਿਰ ਵੀ ਫੈਡਰੇਸ਼ਨ ਯੂਨੀਵਰਸਿਟੀ ਨੂੰ ਫੋਰ ਐਗਜ਼ਾਮਪਲ ਕਿਉਂ ਚੂਜ਼ ਕੀਤਾ, ਵੀ ਉਹ ਕਹਿ ਸਕਦੇ ਵੀ ਐਜ਼ ਕੰਪੇਅਰ ਟੂ ਅਦਰ ਯੂਨੀਵਰਸਿਟੀ ਥੋੜ੍ਹੀ ਸਸਤੀ ਯੂਨੀਵਰਸਿਟੀ ਹੈ, ਲੋਕੇਸ਼ਨਸ ਵੀ ਅੱਛੀਆਂ ਇਹਦੇ ਵਿੱਚ ਅਵੇਲੇਬਲ ਹੈ, ਕੋਰਸ ਸਟਰਕਚਰ ਠੀਕ ਲੱਗਿਆ ਮੈਨੂੰ, ਅਤੇ ਇਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਦਾ ਮਿਕਸ ਜ਼ਿਆਦਾ ਹੈਗਾ, ਵੀ ਇੰਟਰਨੈਸ਼ਨਲ ਸਟੂਡੈਂਟ ਬਹੁਤ ਹੁੰਦੇ ਆ, ਅਤੇ ਮੈਨੂੰ ਅੱਗੇ ਸੇਫ ਥੋੜ੍ਹਾ ਜਿਹਾ ਕੰਫਰਟੇਬਲ ਰਹੇਗਾ ਪੜ੍ਹਨਾ। ਅਤੇ ਹੋਰ ਬੱਚਾ ਵੀ ਕੰਪੈਰੀਜ਼ਨ ਕਰਦਾ ਵੀ ਇੱਕ ਪਰਟੀਕੁਲਰ ਯੂਨੀਵਰਸਿਟੀ ਦੀ, ਵੀ ਅਗਰ ਜ਼ਿਆਦਾ ਨਹੀਂ ਤਾਂ ਤੁਸੀਂ ਫੀਸ ਸਟਰਕਚਰ 'ਚ ਕੰਪੈਰੀਜ਼ਨ ਕਰ ਸਕਦੇ ਹੋ ਵੀ ਫੀਸ ਸਟਰਕਚਰ ਦਾ ਘੱਟ ਲੱਗਿਆ ਜੀ, ਇਸ ਕਰਕੇ ਮੈਂ ਅਪਲਾਈ ਕਰਤਾ। ਅਗਰ ਵੱਧ ਹੈਗਾ ਤੁਹਾਡਾ ਫੀਸ ਸਟਰਕਚਰ, ਤੁਸੀਂ ਇਹ ਕਹਿ ਸਕਦੇ ਹੋ ਜੀ ਜ਼ਰੂਰ ਵੱਧ ਜ਼ਰੂਰ ਹੈਗਾ, ਵੀ ਅਸੀਂ ਦੂਜੇ ਪਾਸੇ ਅਸੀਂ ਕੁਆਲਿਟੀ ਦੇਖਣੀ ਹੈ ਜੀ, ਅਸੀਂ ਫੀਸ ਨਹੀਂ ਦੇਖਣੀ ਹੈਗੀ, ਵੀ ਫੀਸ ਮੇਰੇ ਲਈ ਇੰਪੋਰਟੈਂਟ ਨਹੀਂ, ਮੇਰੇ ਲਈ ਕੁਆਲਿਟੀ ਆਫ ਐਜੂਕੇਸ਼ਨ ਜ਼ਿਆਦਾ ਇੰਪੋਰਟੈਂਟ ਹੈ। ਵੀ ਉਹ ਜਿਸ ਤਰੀਕੇ ਤੁਹਾਡੀ ਯੂਨੀਵਰਸਿਟੀ ਉਸ ਤਰੀਕੇ ਦੀ ਤੁਸੀਂ ਸਟੋਰੀ ਬਣਾ ਸਕਦੇ ਹੋ ਆਪਣੇ ਹਿਸਾਬ ਨਾਲ। ਫਿਰ ਅੱਗੇ ਜਿਹੜਾ ਅਸੀਂ ਲੈ ਕੇ ਚੱਲਦੇ ਹਾਂ ਵੀ ਜੋਬ ਓਪਰਚੁਨਿਟੀਜ਼, ਵੀ ਕਿਹੜੀ ਕਿਹੜੀਆਂ ਜੋਬ ਓਪਰਚੁਨਿਟੀਜ਼ ਬੱਚੇ ਨੂੰ ਅੱਗੇ ਮਿਲਣਗੀਆਂ, ਕਿਸ ਟਾਈਪ ਦੀ ਜਿਹੜੀ ਵੀ ਅੱਗੇ ਵੀ ਅਗਰ ਫੋਰਨ ਐਜੂਕੇਸ਼ਨ ਅਗਰ ਬੱਚਾ ਲੈਂਦਾ ਹੈ ਵੀ ਫੋਰ ਐਗਜ਼ਾਮਪਲ ਆਸਟ੍ਰੇਲੀਆ 'ਚ ਐਜ਼ ਕੰਪੇਅਰ ਟੂ ਇੰਡੀਆ, ਵੀ ਉਹਦੇ ਜੋਬ ਓਪਰਚੁਨਿਟੀ ਦੇ ਰਸਤੇ ਜ਼ਿਆਦਾ ਖੁੱਲ੍ਹਦੇ ਨੇ, ਉਹਨੂੰ ਪ੍ਰੈਫਰੈਂਸ ਜ਼ਿਆਦਾ ਮਿਲਦੀ ਹੈ, ਅਤੇ ਕਾਫੀ ਕੰਪਨੀਆਂ ਦੁਨੀਆ ਦੀ ਮਲਟੀਨੈਸ਼ਨਲ ਕੰਪਨੀਆਂ ਜੋ ਇੰਡੀਆ 'ਚ ਓਪਰੇਟ ਕਰਦੀਆਂ, ਅਤੇ ਉਹਨਾਂ ਨੂੰ ਉਹ ਬੱਚਾ ਚਾਹੀਦਾ ਵੀ ਜਿਹੜਾ ਇੰਟਰਨੈਸ਼ਨਲ ਐਜੂਕੇਟਡ ਹੋਏ ਪਰ ਹੋਵੇ ਇੰਡੀਅਨ, ਤਾਂ ਕਿ ਉਹਨਾਂ ਨੇ ਇੰਡੀਅਨ ਏਰੀਆ 'ਚ ਕੰਮ ਕਰਨਾ, ਅਤੇ ਉਹਨਾਂ ਦੇ ਸਟੈਂਡਰਡ ਉਹ ਚਾਹੁੰਦੇ ਨੇ ਵੀ ਜਿਹੜੇ ਬੱਚਿਆਂ ਦੇ ਹੈਗੇ ਨੇ ਉਹ ਬਾਹਰ ਦੇ ਫੋਰਨ ਕੰਟਰੀਆਂ ਵਰਗੇ ਸਟੈਂਡਰਡ ਹੋਣ, ਅਤੇ ਉਹਨਾਂ ਨੂੰ ਇਹ ਚੀਜ਼ਾਂ ਬੈਨੀਫਿਸ਼ੀਅਲ ਮਿਲਦੀਆਂ ਵੀ ਜੋ ਬਾਹਰ ਜਾ ਕੇ ਪੜ੍ਹ ਕੇ ਇੰਡੀਆ ਆਉਂਦਾ, ਅਤੇ ਉਹਨੂੰ ਜ਼ਰੂਰ ਇਹ ਚੀਜ਼ ਦਾ ਬੈਨੀਫਿਟ ਮਿਲਦਾ ਵੀ ਅਗਰ ਉਹ ਸਹੀ ਤਰੀਕੇ ਨਾਲ ਪੜ੍ਹ ਕੇ ਆਇਆ ਤਾਂ ਉਹ ਮਲਟੀਨੈਸ਼ਨਲ ਕੰਪਨੀ 'ਚ ਐਂਟਰ ਕਰਨ 'ਚ ਉਹਨੂੰ ਦਿੱਕਤ ਨਹੀਂ ਆਉਂਦੀ ਹੈਗੀ ਜ਼ਿਆਦਾਤਰ। ਫਿਰ ਆ ਗਿਆ ਜੀ ਸੈਲਰੀ ਦੀ, ਵੀ ਸੈਲਰੀ ਮੈਨੂੰ ਇਹ ਜਿਹੜੀ ਇੰਡੀਆ 'ਚ ਆ ਕੇ ਮੈਨੂੰ ਕਿਸ ਟਾਈਪ ਦੀ ਸੈਲਰੀ ਮਿਲ ਜਾਏਗੀ, ਵੀ ਕਿੰਨੀ ਕੁ ਜਿਵੇਂ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਮੈਨੂੰ ਪਰ ਮੰਥ ਜਿਵੇਂ 70,000 ਤੋਂ ਲੈ ਕੇ 1,00,000 ਤੱਕ ਪਰ ਮੰਥ ਮਿਲ ਸਕਦਾ ਜਾਂ ਘੱਟ ਲੱਗ ਸਕਦਾ, ਵੱਧ ਪਏ ਇਸ ਪਰਟੀਕੁਲਰ ਦੀ ਵੀ ਕਿਹੜੀ ਪੋਜੀਸ਼ਨ ਦੀ ਮੈਨੂੰ ਕੀ ਸੈਲਰੀ ਮਿਲ ਸਕਦੀ ਹੈ। ਫਿਰ ਅੱਗੇ ਆ ਜਾਂਦੀ ਪੋਜੀਸ਼ਨ ਵੀ ਕਿਹੜੀ ਕਿਹੜੀਆਂ ਪੋਜੀਸ਼ਨ ਮੈਨੂੰ ਮਿਲ ਜਾਣਗੀਆਂ, ਜਿਵੇਂ IT 'ਚ ਬੱਚਾ ਪੜ੍ਹ ਕੇ ਆ ਰਿਹਾ ਵੀ ਮੈਂ ਡਾਟਾ ਐਡਮਿਨਿਸਟ੍ਰੇਟਰ ਲੱਗ ਸਕਦਾ, ਮੈਂ IT ਸਿਕਿਉਰਿਟੀ ਮੈਨੇਜਰ ਕਰ ਸਕਦਾ, IT ਐਡਮਿਨਿਸਟ੍ਰੇਟਰ ਹੋ ਸਕਦਾ, ਮੈਂ ਸਿਸਟਮਸ ਐਨਾਲਿਸਟ ਹੋ ਸਕਦਾ, IT ਕੰਸਲਟੈਂਟ ਹੋ ਸਕਦਾ, ਵੀ ਜਿਵੇਂ ਐਗਜ਼ਾਮਪਲਸ ਹੈਗੀਆਂ ਵੀ ਇਸ ਤਰੀਕੇ ਦੀਆਂ ਬੱਚਾ ਦੇਖੂਗਾ ਵੀ 7-8 ਮੈਨੂੰ ਇਹ ਇਸ ਟਾਈਪ ਦੀਆਂ ਜੋਬਸ ਮਿਲ ਜਾਣਗੀਆਂ। ਅਤੇ ਕਿਹੜੀ ਕਿਹੜੀ ਕੰਪਨੀ 'ਚ ਕੰਮ ਕਰ ਸਕਦਾ, 14 ਨੰਬਰ ਪੁਆਇੰਟ ਸਾਡਾ ਇਹ ਹੈ ਜੀ ਵੀ ਕਿਹੜੀ ਕਿਹੜੀ ਕੰਪਨੀ 'ਚ ਬੱਚਾ ਕੰਮ ਕਰ ਸਕਦਾ, ਕੰਪਨੀਆਂ ਦੇ ਨਾਮ ਲਿਖਣੇ ਜ਼ਰੂਰੀ ਹੈ, ਵੀ ਜਿਵੇਂ ਐਮਾਜ਼ੋਨ ਦੇਖਦੇ, ਜਿਵੇਂ TCS ਬੱਚਾ ਦੇਖ ਸਕਦਾ, ਜਿਵੇਂ IT ਦੀ ਅਗਰ ਆਪਾਂ ਗੱਲ ਕਰੀਏ ਤਾਂ, ਅਤੇ ਫਿਰ ਇਨਫੋਸਿਸ ਆ ਗਿਆ, ਟੈਕ ਮਹਿੰਦਰਾ ਆ ਗਿਆ, ਵੀ ਇਸ ਟਾਈਪ ਦੀਆਂ ਕੰਪਨੀਜ਼ ਵੀ IT ਕੰਪਨੀਜ਼ ਬੱਚਾ ਮੈਨਸ਼ਨ ਕਰ ਸਕਦਾ ਵੀ ਜਿਹੜੀਆਂ IT ਕੰਪਨੀਜ਼ ਮੇਨ ਹੈਗੀਆਂ। ਫਿਰ ਆ ਗਿਆ ਵੀ ਮੈਂ ਵਾਪਸ ਕਿਉਂ ਆਊਂਗਾ, ਵਾਈ ਵਿਜ਼ ਆਈ ਕਮ ਬੈਕ, ਵੀ ਉਹਦੇ ਵਿੱਚ ਦੇਖਿਆ ਜਾਂਦਾ ਵੀ ਫੈਮਿਲੀ ਮੇਰੀ ਇੰਡੀਆ 'ਚ ਹੈਗੀ ਹੈ, ਅਤੇ ਮੈਨੂੰ ਜਿਹੜੀ ਇਹ ਜਿਹੜੀ ਫੈਮਿਲੀ ਹੈਗੀ ਹੈ ਮੇਰੇ ਲਈ ਬਹੁਤ ਇੰਪੋਰਟੈਂਟ ਹੈ, ਮੈਂ ਆਪਣੀ ਫੈਮਿਲੀ ਨੂੰ ਬਹੁਤ ਪਿਆਰ ਕਰਦਾ, ਅਤੇ ਉਹਨਾਂ ਨੂੰ ਓਲਡ ਏਜ 'ਚ ਉਹਨਾਂ ਦੀ ਕੇਅਰ ਟੇਕ ਕੇਅਰ ਕਰਨ ਵਾਸਤੇ ਵੀ ਮੈਂ ਬੀਂਗ ਅ ਚਾਈਲਡ 'ਤੇ ਵੀ ਮੇਰਾ ਹੱਕ ਬਣਦਾ ਅਤੇ ਮੇਰਾ ਫਰਜ਼ ਬਣਦਾ ਇਸ ਚੀਜ਼ ਦਾ, ਵੀ ਮੈਂ ਉਹਨਾਂ ਦੀ ਟੇਕ ਕੇਅਰ ਕਰਾਂ, ਅਤੇ ਮੈਂ ਪੜ੍ਹਾਈ ਕਰਨ ਤੋਂ ਬਾਅਦ ਵਾਪਸ ਆਊਂਗਾ ਅਤੇ ਆਪਣੀ ਫੈਮਿਲੀ ਟੇਕ ਕੇਅਰ ਕਰੂੰਗਾ, ਮੇਰੀ ਫੈਮਿਲੀ ਦੀ ਪ੍ਰੋਪਰਟੀ ਸਾਰੀ ਆਉਣ ਵਾਲੇ ਟਾਈਮ 'ਚ ਮੈਨੂੰ ਮਿਲੂਗੀ, ਅਤੇ ਮੈਂ ਉਹ ਵੀ ਜ਼ਿੰਮੇਵਾਰੀ ਹੈਗੀ ਹੈ ਵੀ ਮੇਰੀ ਆਪਣੀ ਪ੍ਰੋਪਰਟੀ ਦੀ ਅਤੇ ਹਰ ਚੀਜ਼ ਦੀ ਟੇਕ ਕੇਅਰ ਕਰਨ ਦੀ। ਉਸ ਤੋਂ ਬਾਅਦ ਜਿਹੜਾ ਅਸੀਂ ਪੁਆਇੰਟ ਲੈ ਕੇ ਚੱਲਦੇ ਹਾਂ ਜੀ ਵੀਜ਼ਾ ਕੰਡੀਸ਼ਨਸ ਦਾ ਹੈਗਾ, ਵੀਜ਼ਾ ਕੰਡੀਸ਼ਨਸ 'ਚ ਅਸੀਂ ਇਹ ਮੈਨਸ਼ਨ ਕਰਦੇ ਹਾਂ ਵੀ ਕਿਹੜੀਆਂ ਕਿਹੜੀਆਂ ਵੀਜ਼ਾ ਕੰਡੀਸ਼ਨ ਤੁਹਾਡੇ 'ਤੇ ਐਪਲੀਕੇਬਲ ਹੋਣਗੀਆਂ, ਕੋਈ ਵੀ ਕੰਟਰੀ ਹੋਵੇ ਆਸਟ੍ਰੇਲੀਆ ਦੇ ਵਿੱਚ, ਯਾਨੀ ਕਿ ਵੀਜ਼ਾ ਕੰਡੀਸ਼ਨਸ ਅਲੱਗ ਹੁੰਦੀ ਹੈ ਕੈਨੇਡਾ 'ਚ, UK 'ਚ, ਹਰ 'ਚ ਅਲੱਗ ਹੁੰਦੀ ਹੈ। ਫਿਰ ਅਸੀਂ ਵੀਜ਼ਾ ਕੰਡੀਸ਼ਨ ਉਹਦੇ ਵਿੱਚ ਦੇਖੀਏ, ਉਹਦੇ ਵਿੱਚ ਦੇਖਿਆ ਜਾਂਦਾ ਵੀ ਪਾਰਟ ਟਾਈਮ ਕੰਮ ਕਰ ਸਕਦਾ ਜੀ ਮੈਂ, ਅਤੇ ਮੈਨੂੰ ਆਪਦਾ ਅਗਰ ਕੋਰਸ ਚੇਂਜ ਕਰਦਾ ਜਾਂ ਕਾਲਜ ਚੇਂਜ ਕਰਦਾ, ਮੈਨੂੰ ਇਮੀਗ੍ਰੇਸ਼ਨ 'ਚ ਰਿਪੋਰਟ ਕਰਨੀ ਹੈ ਚੀਜ਼ ਦੀ, ਮੈਂ ਐਡਰੈਸ ਚੇਂਜ ਕਰਦਾ, ਕੰਟੈਕਟ ਡਿਟੇਲ, ਫੋਨ, ਈ
मैं उहदे ते पूरा खरा उतरूंगा भी मैं जो तुसी मेरे ते भरोसा करके जो मैं वीज़ा दे रहे हो तो मैं वो समझना है तो मैं पता है भी ये वीज़ा कंडीशन है तो मैं इनू तोड़ूंगा नहीं। हुण ये सारिया जो चीज़ा आ जाए तो इमीग्रेशन ऑफिसर के दिमाग एक ही गल आती है भी बच्चे ने पूरी रिसर्च की हुई है इनू हर एक चीज़ इन्हें पूरा चैक कर चुके हर एक कोई क्वेश्चन टैक्निकली फिलहाल तक बचा नहीं है फिर भी असं एक कदम होर अगे जाने मैं सुनो भी दसदा वीज़ा कंडीशन तो बाद असी जाके आने जी फाइनैशियल एसैट्स भी फैमिली के फाइनैशियल एसैट्स की ने जिमें हसबेंड एंड वाइफ है वो देख सी दोनों जा रहे हैं इकट्ठे तो फिर आप देख सकते हैं मेन एप्लीकेंट जिम्मे कुड़ी हैगी देख सकती है मेरे पेरेंट्स की फैमिली की मेरे इन्ने एसैट्स है मूवेबल इमूवेबल जिमें आप प्रॉपर्टी कह सकते हैं कि बैंक बैलेंस हो सकता गड्डियाँ ज्वेलरी हो सकती कुछ भी हो सकती मेरे पेरेंट्स की जी फैमिली की नैटवर्थ ये है तो मेरे इनलॉज की नैटवर्थ जी कम जी अपनी फैमिली की नैटवर्थ ये हैगी है तो वह कंबाइन करके भी ज़्यादातर 3-4 करोड़ 5 करोड़ तक आम ही अजक प्रॉपर्टियां है इन दियाँ तो सारा कुछ हैगा ही है तो भी वो सारा देखा जा सकता है। फिर आ जाता है जी इनकम फैमिली की इनकम असं मैनशन करते हैं भी हर एक बंद की जिनी जिनी भी इनकम टैक्स रिटर्न या तहसील सर्टिफिकेट या कोई भी किसी भी तरीके की जे फॉर्म है उन्होंने को सारिया चीज़ा असं मैनशन करते हैं वो फैमिली इनकम जी है भी असं इन्नी क दिखा के चलते हैं भी एक फाइनैशियली स्ट्रोंग बच्चा लगता भी बच्चा फाइनैशियली एसैट्स वालों भी स्ट्रोंग है तो इनकम वालों भी स्ट्रोंग है। उस तो बाद लास्ट आ जाता है सैकेंड लास्ट पॉइंट आ जाता जी 19 नंबर पॉइंट फाइनैशियल फंडस का भी फंडस किन्ने अवेलेबल है वो देखा जाता भी कि नाम से किन्ने फंडस अवेलेबल है कि बैंक है तो रिलेशनशिप की है जिमें 3, 4, 5, 7 बंदे भी अगर फैमिली के दिखा रहे हैं वो रिलेशनशिप आ जाता नाम आ जाता है तो वो बैंक का नाम आ जाता है तो फाइनैश जो फंड्स है भी किस टाइप के अवेलेबल है सेविंग है या करंट अकाउंट है या एफ डी है तो अमाउंट आ जाता वो फिर लास्ट आ जाता है समरी भी मैं अवेयर हैगा भी मेरे ऑब्लीगेशन है स्टूडेंट वीज़ा लैके तो बाकी मैं भी ये करन तो बाद पढ़ाई करन तो बाद सारा कुछ करन तो बाद मैं इंडिया वापस आऊँगा तो भी तुम मेरे ट्रस्ट कर सकते तो मैं चाहना भी मैं मौका दिता जाए थोड़ी तरफों तो तुम भी मेरी एप्लीकेशन पॉजिटिवली कंसिडर करो। ये जो बी पॉइंट है भी बी पॉइंट लाइक टैक्निकली कोई ना कोई दसद ना किसी पता हों ना इन कोई एग्जीक्यूट करता है तो वैसिया भी है वह भी कोई थोड़े पिक कर देगी भी ये बी पॉइंट रेयर केस कोई लाइक मैं कहूँगा भी कोई कोई भी कंपनी या कोई भी लाइक यूनिवर्सिटीज़ भी मैं असी कर दी हैं काम भी सूँ पता भी कि टच कर दी हैं भी ये बी पॉइंट असी सारा कुछ की समरी बना के एक जगह रख लिया सारा कुछ तो यह भी पॉइंटा तो बाद टैक्निकली कुछ नहीं बचता है भी जरा लिखा जा सके ठीक है। तो यह सारी चीज़ा अगर बच्चा जब लिख देता है तो उन्होंने पता लग जाता भी उन्होंने भी ये बच्चा बाकी सीरीयस बच्चा हैगा इनू कोर्स बारे पता है अपने कॉलेज बारे पता है इनू यूनिवर्सिटी जी हैगी है वह कंपैरिजन इन्हें कर चुके है ये बच्चे जी फीस का पता है इनू बाकी कंट्रियां के कंपैरिजन का पता है इनू हर एक चीज़ का पता है तो इनू वीज़ा दिता जा सकता है। हूँ यही चीज़ा अगर सपोज करो तो अगर इंटरव्यू आ जाए तो वह पूछा जाए तो तुम मैनू नहीं लगता है भी ज़्यादा बच्चे इनू एन एग्जैक्टली जवाब दे पाएंगे बट जो आप एस ओ पी च सारा कुछ लिख के भेज दें तो वीज़ा ऑफिसर इंटरव्यू लेंदा ही नहीं है तो उन्होंने लगता भी सारा कुछ बच्चे ने लिखा है तो उन्होंने नीचे साइन किए हुए हैं तो इट इज़ कंसिडर्ड टू बी वन ऑफ द इंटरव्यूज़ भी जो उन्होंने पूछना है उन्होंने सामने दिख गया बट ये ये चीज़ का ध्यान रखना जरूरी है भी बच्चे के जिन्ने बैंड है एलिट्स के या जो भी पढ़ाई है उस लैवल की एस ओ पी होनी चाहिए यही नहीं है भी बच्चे के बैंड है 5.5 या 6 वो लिखिया इन्नी इन्नी टैक्निकल गल् लिखती उन्हें भी जो कि 5.5 या 6 बैंड वाला बच्चा नहीं लिख सकता है तो यह भी ना हो भी बैंड थोड़े बहुत ज़्यादा होन वधिया होन 7.5-8 बैंड होन 7.5-7 होन तो बेसिक जी जिमें ओवर कॉन्फिडेंट हो जाए मेरा वीज़ा कितना रिजेक्ट हो ही नहीं सकता मेरा तो आ ही जाना वीज़ा तो बेसिक जी दो लाइन के भेज दो भी वो भी सोनू नुकसान देगा इस करके बैलेंस बनना जरूरी है। हूँ अगर बच्चा 5.5 बैंड आता है तो नैचुरली गल ग्रामेटिकल मिसटेक भी करेगा कोई 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 ना कोई वो गलतियां करेगा सेंटेंस इफ द ये लिख देगा वी द यू लिख देगा कुछ ना कुछ बथेरिया गलतियां स्पेलिंग मिसटेक करेगा बहुत कुछ करेगा तो कोई दिक्कत नहीं हैगी होनी जरूरी है अगर हूँ भी तो वधिया मनिया जाएगा क्योंकि आम तौर पर 5.5 बैंड का बच्चा अगर 3-4 पेज लिख रहा तो बथेरिया बहुत गलतियां करेगा घट्टो घट 15-20 गलतियां करेगा तो ये भी एक पॉजिटिव चीज़ है इनू यह ना सोचो भी गलतियां कर रहे हैं स्पेलिंग मिसटेक है या कुछ भी है ये चीज़ा गलत है असं बच्चे पॉइंट्स देंगे ने भी पॉइंट देने बच्चे कहने भी देखो जी जिन्ना तुम लिख सकते हैं देखो अभी सैंपल प्रोवाइड करते हैं फिर अगर कोई एडिटिंग करनी है कोई चेंजेस करनी है अभी बच्चे गाइड करते हैं भी इस तरीके चेंजेस करो तो एक जो आउटकम निकलता है जो बन के निकलती है जी चीज़ वो इन्नी स्ट्रोंग इन्नी सॉलिड निकलती है भी लाइक तुम देख सकते हो भी ऑलमोस्ट 100% वीज़ा साढ़े आ जाते हैं तो यदा कारण यही रहता भी हर चीज़ में अं देख के चलते हैं भी खासकर GTE बेशक आप कैनेडा
ਦੀ ਗੱਲ ਕਰੀਏ, ਯੂਕੇ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਵੀ ਜਿਹੜੇ ਵੀ ਮੇਨ ਮੇਨ ਕੰਟਰੀ ਜਿੱਥੇ ਸਟੇਟਮੈਂਟ ਪਰਪਸ ਲਾਈਕ ਲਗਾਈ ਜਾਂਦੀ ਹੈ ਐਟ ਅ ਟਾਈਮ ਆਫ ਲਾਈਕ ਵੀਜ਼ਾ ਪ੍ਰੋਸੈਸਿੰਗ, ਅਤੇ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ ਚੀਜ਼ ਦਾ। ਅਤੇ ਇਸ ਚੀਜ਼ ਦੇ ਬਾਰੇ ਤੁਸੀਂ ਤੁਹਾਨੂੰ ਇੱਕ ਜਿਨ੍ਹਾਂ ਦੀ ਵੀ ਸਾਡੇ ਕੋਲ ਫਾਈਲ ਲੱਗੀ ਹੋਈ ਹੈ ਜਾਂ ਲਗਾਉਣਾ ਚਾਹੁੰਦੇ ਹਾਂ, ਇਸ ਚੀਜ਼ ਦੇ ਵਾਸਤੇ ਤੁਸੀਂ ਬੇਫਿਕਰ ਹੋ ਜਾਓ ਵੀ ਜਿਹੜੀ ਤੁਹਾਡੀ GAT ਹੈਗੀ ਹੈ ਅਤੇ ਜਿਹੜੀ ਸਟੇਟਮੈਂਟ ਆਫ ਪਰਪਸ ਹੈ, ਵੀ ਕਿਤੇ ਵੀ ਉਹਦੇ 'ਚ ਕੋਈ ਲੂਪਹੋਲ ਹੋਏਗਾ ਜਾਂ ਕਿਤੇ ਵੀ ਕੋਈ ਕਮੀ ਹੋਏਗੀ, ਕਿਉਂਕਿ ਉਹ ਮੇਰਾ ਕੰਮ ਇਹ ਹੈ। ਮੈਨੂੰ ਕੋਈ 200 ਫਾਈਲਾਂ ਨਹੀਂ ਚਾਹੀਦੀਆਂ ਮਹੀਨੇ ਦੀਆਂ, ਮੈਨੂੰ ਕੋਈ ਮੈਨੂੰ 100 ਨਹੀਂ ਚਾਹੀਦੀਆਂ, ਮੈਨੂੰ 50 ਨਹੀਂ ਚਾਹੀਦੀਆਂ ਹੈਗੀਆਂ, ਮੈਨੂੰ ਬੇਸ਼ੱਕ 10 ਫਾਈਲਾਂ ਆਉਣ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਲੇਕਿਨ ਮੇਰੇ ਲਈ ਇਹ ਇੰਪੋਰਟੈਂਟ ਹੈ ਵੀ 10 ਦੇ 10 ਦਾ ਮੈਂ ਵੀਜ਼ਾ ਲੈ ਕੇ ਦੇਵਾਂ। ਇਹ ਨਹੀਂ ਵੀ ਬਾਕੀ ਕੰਸਲਟੈਂਟਾਂ ਵਾਂਗੂ ਫਾਈਲਾਂ ਫੜਦੀਆਂ 200 ਵੀਜ਼ੇ ਆਏ 20 ਅਤੇ 20 ਦਿਖਾ ਕੇ ਹੋ ਗਏ ਖੁਸ਼ ਅਤੇ ਬਾਕੀ 180 ਦੀ ਵਿਚਾਰਿਆਂ ਦੀ ਜ਼ਿੰਦਗੀ ਖਰਾਬ ਕਰਤੀ। ਵੀ ਜਿੰਨੀਆਂ ਤੁਹਾਡੀ ਕਪੈਸਿਟੀ ਹੈ, ਜਿੰਨਾ ਤੁਹਾਡੇ ਕੋਲ ਟਾਈਮ ਹੈ ਅਤੇ ਜਿੰਨਾ ਕੁ ਤੁਹਾਡੇ ਕੋਲ ਜੇ ਹਿੰਮਤ ਹੈਗੀ ਹੈ, ਉਨੀਆਂ ਫਾਈਲਾਂ ਲਾਓ ਅਤੇ ਉਨੇ ਹੀ ਦੇ ਬੱਚਿਆਂ ਦੇ ਚੱਜ ਨਾਲ ਅਪਲਾਈ ਕਰਕੇ ਵੀਜ਼ਾ ਗ੍ਰਾਂਟ ਕਰਾ ਕੇ ਦਿਓ, ਬਜਾਏ ਕਿ ਵੀ ਦੇਖਣਾ ਕੁਛ ਹੈ ਨਹੀਂ। ਸਾਨੂੰ ਬੱਚੇ ਫੋਨ ਕਰਦੇ ਆ ਆਮ ਤੌਰ 'ਤੇ ਵੀ ਜੀ ਮੇਰੀ ਫਾਈਲ ਆਈ ਸੀ ਜੀ ਇੱਕ ਏਜੰਟ ਨੇ ਅਤੇ ਸਾਡਾ ਜੀ ਉਹ ਕਹਿੰਦੇ ਵਾਪਸ ਨਹੀਂ ਆਉਂਗੇ, ਜਾਂ ਫਿਰ ਵੀ ਨੋਨ GT ਕਰਤਾ ਵੀ ਵੀਜ਼ਾ ਨਹੀਂ ਆਇਆ। ਅਸੀਂ ਪੁੱਛਦੇ ਹਾਂ ਜੀ SOP ਤਾਂ ਏਜੰਟ ਨੇ ਬਣਾਈ ਸੀ। ਅੱਛਾ ਜੀ, ਕਿਵੇਂ ਬਣਾਈ ਸੀ, ਕੋਈ ਹੈ ਸੀ? ਕੁਛ ਨਹੀਂ ਕੀਤਾ ਸਰ, ਵੀ ਜਿਹੜੀ ਕਿਸੇ ਹੋਰ ਬੱਚੇ ਦੀ SOP ਸੀਗੀ ਉਹਦੇ 'ਚ ਨਾਮ ਅਤੇ ਡੇਟ ਆਫ ਬਰਥ ਚੇਂਜ ਕਰਤਾ, ਫਾਦਰ ਨੇ ਮਦਰ ਨੇ ਚੇਂਜ ਕਰਕੇ ਲਗਾਤੀ। ਹੁਣ ਜਦ ਇਹ ਜੀ SOP ਮੈਸੇਜ ਜਾਂਦੀ ਹੈ ਕਿ ਵੀਜ਼ਾ ਆਫਿਸ ਦੇ ਵਿੱਚ ਇਮੀਗ੍ਰੇਸ਼ਨ 'ਚ ਹਰ ਤਰੀਕੇ ਦੇ ਸੋਫਟਵੇਅਰ ਹੁੰਦੇ ਨੇ ਚੈੱਕ ਕਰਨ ਨੂੰ ਵੀ ਪਲੈਜਰਿਜ਼ਮ ਹੈ ਕਿ ਨਹੀਂ ਹੈ, ਵੀ ਕਾਪੀ ਤਾਂ ਨਹੀਂ ਮਾਰੀ ਹੋਈ ਹੈ, ਕੁਛ ਵੀ ਹੈ। ਉਹਨੇ ਇੱਕ ਏਜੰਟ 30 ਫਾਈਲਾਂ ਜਾ ਰਿਹਾ, ਫੋਰ ਐਗਜ਼ਾਮਪਲ 30 ਦੇ 30 ਵਿੱਚ 100% ਸੇਮ SOP ਜਾ ਰਹੀ ਹੈ, ਸਿਰਫ ਮਾੜਾ ਮੋਟਾ ਚੇਂਜ ਕਰਕੇ ਵੀ ਨਾਮ ਅਤੇ ਡੇਟ ਆਫ ਬਰਥ ਅਤੇ ਫਾਦਰ ਨੇ ਮਦਰ ਨੇਮ ਐਡਰੈਸ ਵਗੈਰਾ ਚੇਂਜ ਕਰਕੇ ਜਾ ਦਿੱਤੀ ਗਾ। ਹੁਣ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀਜ਼ੇ ਆਉਣਗੇ? ਮੈਂ ਕਹਿੰਦਾ 30 ਦੇ ਵਿੱਚੋਂ ਇੱਕ ਵੀਜ਼ਾ ਆਏਗਾ, 29 ਰਿਜੈਕਟ ਹੋਣਗੇ, ਕਿਉਂਕਿ ਇੱਕ ਤਾਂ ਮੰਨਿਆ ਜਾਏਗਾ ਵੀ ਇਹ ਸਹੀ ਹੋਏਗਾ, ਵੀ ਇਹਨੇ ਲਿਖੀ ਹੋਏਗੀ, 29 ਨੇ ਉਹਦੀ ਕਾਪੀ ਮਾਰੀ ਹੈ। ਹੁਣ ਬੱਚੇ ਬਿਨਾਂ ਕਿਸੇ ਕਾਰਨ ਰਿਜੈਕਟ ਕਰਾਉਂਦੇ ਨੇ ਕੇਸ, ਬਿਨਾਂ ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ ਵੀ ਕੀ ਹੈ, ਇਹ ਜਿਹੜਾ ਬੰਦ ਕਰੇਗਾ ਚੱਲ ਵੀ ਫੜਾ ਦੇਗਾ, ਗੱਲ ਖਤਮ। ਅਤੇ ਜਦੋਂ ਫਾਈਲ ਮੈਸੇਜ ਦੀ ਰਿਜੈਕਟ ਹੋ ਕੇ ਆਉਂਦੇ ਅਤੇ ਐਸੇ ਬੱਚੇ ਨੂੰ ਅੱਗੇ ਜਾ ਕੇ ਵੀ ਉਹਨਾਂ ਦੇ ਰਿਕਾਰਡ 'ਚ ਰਹਿੰਦਾ ਵੀ ਬੱਚੇ ਨੇ ਕਾਪੀ ਮਾਰੀ ਹੈ, ਅਤੇ ਟੈਕਨੀਕਲੀ ਫਿਰ ਉਹ ਅੱਛਾ ਨਹੀਂ ਮੰਨਿਆ ਜਾਂਦਾ ਅਤੇ ਅੱਗੇ ਤੋਂ ਵੀ ਬੱਚਾ ਫਾਇਦਾ ਗਿਆ ਤਾਂ ਵੀਜ਼ਾ ਰਿਜੈਕਟ ਹੋਣ ਦੇ ਪੂਰੇ ਚਾਂਸਿਸ ਨੇ। ਤੁਹਾਡੀ ਫਾਈਲ ਵਧੀਆ, ਤੁਹਾਡੀ ਫਾਈਲ ਘਟੀਆ, ਤੁਹਾਡੇ ਗੈਪ ਹੈ, ਤੁਹਾਡਾ ਗੈਪ ਨਹੀਂ ਹੈ, ਤੁਹਾਡੇ ਬੈਂਡ ਵਧੀਆ ਘੱਟ ਹੈ, ਕੋਈ ਫਰਕ ਨਹੀਂ ਪੈਂਦਾ ਹੈਗਾ, ਤੁਸੀਂ SOP ਲਗਾਓ। ਕਿਉਂਕਿ ਕੰਸਲਟੈਂਟ ਕਈ ਕਹਿੰਦੇ ਨਹੀਂ ਜੀ SOP ਦੀ ਲੋੜ ਨਹੀਂ ਹੈਗੀ, ਠੀਕ ਹੈ ਮੰਨਦੇ ਆ, ਲੇਕਿਨ ਅਗਰ ਲਗਾ ਦੋਗੇ ਤੁਹਾਡਾ ਕਿਸਦਾ ਕੀ ਹੈ? ਤੁਸੀਂ ਸਿਰਫ ਐਫਰਟ ਨਹੀਂ ਕਰਨਾ ਚਾਹੁੰਦੇ, ਟਾਈਮ ਨਹੀਂ ਦੇਣਾ ਚਾਹੁੰਦੇ, ਮਿਹਨਤ ਨਹੀਂ ਕਰਨਾ ਚਾਹੁੰਦੇ ਕਿਸੇ ਫਾਈਲ ਦੇ ਉੱਤੇ, ਤਾਂ ਹੀ ਤੁਸੀਂ ਕਹਿ ਰਹੇ ਹੋ ਵੀ ਨਹੀਂ ਜੀ ਲੋੜ ਨਹੀਂ ਹੈਗੀ। ਵੀ ਅਗਰ ਕੋਈ ਡਾਕੂਮੈਂਟ ਵੱਧ ਲਗਾ ਦਿੱਤਾ ਜਾਏ ਤਾਂ ਉਹਦੇ 'ਚ ਨੁਕਸਾਨ ਕੀ ਹੈ? ਕੋਈ ਨੁਕਸਾਨ ਨਹੀਂ ਕਰਦਾ, ਬਲਕਿ ਫਾਇਦਾ ਹੀ ਕਰੇਗਾ। ਵੀ ਅਗਰ ਤੁਹਾਡੀ ਕਿਤੇ ਵੀ ਕੋਈ ਕਮੀ ਹੈਗੀ ਹੈ ਜਾਂ ਕਿਤੇ ਵੀਜ਼ਾ ਅਫਸਰ ਨੂੰ ਕੋਈ ਪੋਜ਼ਿਟਿਵ ਹੀ ਦਿਖੇਗਾ ਉਹਦੇ ਵਿੱਚ ਵੀ ਨਹੀਂ ਯਾਰ ਬੱਚਾ ਇੰਨੇ ਐਫਰਟ ਕਰਕੇ ਉਹਨੇ 3-4 ਪੇਜ ਲਿਖੇ ਨੇ ਅਤੇ ਵੀ ਇੱਕ ਐਡਰੈਸ ਕੀਤਾ ਵੀਜ਼ਾ ਅਫਸਰ ਨੂੰ ਅਤੇ ਸਾਰੀ ਆਪਣੀ ਐਜੂਕੇਸ਼ਨ ਹਰ ਚੀਜ਼ ਦੀ ਸਮਰੀ ਦੇ ਰਿਹਾ, ਵੀ ਬਾਕੀ ਇੱਕ ਸਿਸਟਮੈਟਿਕ ਅਤੇ ਇੱਕ ਸੋਰਟਡ ਜਿਹਾ ਬੱਚਾ ਹੈਗਾ ਅਤੇ ਇਹ ਇੱਕ ਡਿਜ਼ਰਵ ਕਰਦਾ ਵੀਜ਼ਾ ਲੈਣਾ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ 5 ਬੱਚੇ ਫਾਈਲ ਲਗਾਉਣ, ਇੱਕ ਨੇ ਜੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਹਰ ਚੀਜ਼ ਐਕਸਪਲੇਨ ਕਰਕੇ ਹਰ ਚੀਜ਼ ਦੇ ਵਿੱਚ ਜਿਵੇਂ ਆਪਾਂ SOP ਡਿਟੇਲ ਲਿਖੀ ਹੈ ਅਤੇ ਸਾਰੇ ਫਾਈਨੈਂਸ਼ੀਅਲ ਇਨਕਮ ਯੇ ਵੋ ਹਰ ਚੀਜ਼ ਆਕੀ ਕਰ ਰਿਹਾ। ਦੂਸਰਾ ਬੱਚਾ ਜਦੋਂ SOP ਲਿਖਦੇ ਫਾਈਨੈਂਸ਼ੀਅਲ ਵਗੈਰਾ ਇਹ ਛੱਡਤਾ, ਤੀਸਰੇ ਨੇ ਜਾ ਕੇ ਜੀ ਹੋਰ ਕਮੀ ਛੱਡਦੀ, ਚੌਥੇ ਨੇ 5ਵੇਂ ਨੇ SOP ਨਹੀਂ ਦੇਗਾ, ਕੁਛ ਲਿਖਿਆ ਹੀ ਨਹੀਂ ਹੈਗਾ। ਹੁਣ ਤੁਸੀਂ ਦੱਸੋ ਵੀ ਕਿਹਦਾ ਵੀਜ਼ਾ ਜ਼ਿਆਦਾ ਸਟਰੋਂਗ ਹੈ, ਕਿਹਦੀ ਫਾਈਲ ਜ਼ਿਆਦਾ ਸਟਰੋਂਗ ਹੈ ਅੰਬੈਸੀ ਦੇ ਵਿੱਚ? ਇੱਕ ਅੰਬੈਸੀ ਵੀਜ਼ਾ ਅਫਸਰ ਕੋਲ ਇੱਕ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨਡ SOP ਆ ਗਈ, ਦੂਜੇ 'ਚ ਬੇਸਿਕ, ਤੀਜੇ 'ਚ ਘੱਟ ਘੱਟ, ਚੌਥੇ ਨੇ ਲਗਾਈ ਨਹੀਂ, 5ਵੇਂ ਨੇ ਲਗਾਈ ਨਹੀਂ। ਹੁਣ ਤੁਸੀਂ ਦੇਖੋ ਵੀ ਜਿਹਨੇ ਵਧੀਆ ਤਰੀਕੇ ਨਾਲ ਸਾਰੀ ਫਾਈਲ ਲਗਾਈ ਹੈ, ਹਰ ਚੀਜ਼ ਐਕਸਪਲੇਨ ਕੀਤੀ ਹੈ, ਉਹਦਾ ਅਗਰ ਰਿਜੈਕਟ ਵੀ ਕਰਨਾ ਹੈਗਾ ਉਹ ਦੇਖੇਗਾ ਨਹੀਂ ਯਾਰ ਵੀ ਬੱਚੇ ਨੇ ਕਾਫੀ ਕੁਛ ਲਿਖਿਆ ਹੋਇਆ, ਹਰ ਚੀਜ਼ ਐਕਸਪਲੇਨਡ ਹੈ, ਬੰਦ ਹੈ ਵੀਜ਼ਾ। ਅਤੇ ਜਿਹਨੇ ਕੁਛ ਨਹੀਂ ਲਿਖਿਆ ਉਸ ਤੋਂ ਬਾਅਦ ਸਪੋਜ਼ ਕਰੋ ਉਹਦੀ ਫਾਇਦਾ ਜੇ, ਉਹ ਦੇਖੇ ਯਾਰ ਵੀ ਇਹਨਾਂ ਦਾ ਕੁਛ ਦਿੱਤਾ ਹੀ ਨਹੀਂ ਹੈਗਾ, ਇਹ ਮੁੰਡਾ ਇੰਨਾ ਯਾਨੀ ਕਿ ਐਕਸਪਲੇਨ ਕਰਕੇ ਇੰਨਾ ਕੁਛ ਦਿਖਾ ਕੇ ਮੈਨੂੰ ਇੰਨੀ ਡਿਟੇਲ 'ਚ ਲਿਖ ਕੇ ਭੇਜ ਰਿਹਾ, ਅਤੇ ਇਹ ਬੰਦਾ ਕੁਛ ਵੀ ਨਹੀਂ ਲਿਖ ਕੇ ਭੇਜ ਰਿਹਾ ਹੈਗਾ। ਵੀ ਠੀਕ ਹੈ, ਚਲੋ ਅਗਰ ਬਹੁਤ ਸਟਰੋਂਗ ਕੇਸ ਹੈ ਉਹਦਾ ਤਾਂ ਵੀਜ਼ਾ ਲੱਗ ਜਾਏਗਾ, ਕੋਈ ਐਸੀ ਗੱਲ ਨਹੀਂ, ਬਟ ਫਿਰ ਵੀ ਇੱਕ ਅਗਰ ਉਹ ਦੋਨੋਂ ਐਵਰੇਜ ਕੇਸ ਹੋਣ ਅਤੇ ਇੱਕ ਸਟਰੋਂਗ ਦੀ ਫਾਈਲ ਦੇ ਨਾਲ SOP ਲਗਾ ਕੇ ਫਾਈਲ ਲਗਾ ਰਿਹਾ, ਦੂਸਰਾ ਬਿਨਾਂ ਉਹਦੇ ਜਾ ਰਿਹਾ, ਤੁਸੀਂ ਮੈਨੂੰ ਕਹਿਣ ਦੀ ਲੋੜ ਨਹੀਂ ਵੀ ਤੁਹਾਨੂੰ ਪਤਾ ਵੀ ਕਿਹਦਾ ਵੀਜ਼ਾ ਆਉਣਾ ਚਾਹੀਦਾ ਤਾਂ ਕਿਹਦਾ ਨਹੀਂ, ਕਿਹਦੇ ਕਿਉਂ ਆਪਾਂ ਦੇਖਦੇ ਹਾਂ ਫਿਰ ਇਹ ਚੀਜ਼ਾਂ ਵੀ ਚੰਗੀ ਭਲੇ ਪ੍ਰੋਫਾਈਲ ਸੀ, ਵੀਜ਼ਾ ਰਿਜੈਕਟ ਹੋ ਗਿਆ, ਮੇਰੇ ਦੋਸਤ ਦਾ ਆ ਗਿਆ, ਮੇਰਾ ਨਹੀਂ ਆਇਆ, ਵੀ ਕਿਤੇ ਨਾ ਕਿਤੇ ਕਮੀ ਛੱਡੀ ਹੋਈ ਹੁੰਦੀ ਹੈ ਹਮੇਸ਼ਾ। ਠੀਕ ਹੈ ਸਰ, ਇਹ ਤਾਂ ਤੁਸੀਂ ਬਹੁਤ ਹੀ ਵਧੀਆ ਬੱਚਿਆਂ ਨੂੰ ਗਾਈਡ ਕੀਤਾ ਕਿ ਇਨਵੈਸੀ ਵਿੱਚ ਅਗਰ ਕੋਈ ਵੀ ਬੱਚਾ ਫਾਈਲ ਲਗਾਉਂਦਾ ਹੋ ਰਿਹਾ SOP ਦੇ ਵਿੱਚ ਕੀ ਕੀ ਪੁਆਇੰਟਸ ਹੋਣੇ ਚਾਹੀਦੇ, ਉਹਨੂੰ ਕਿਵੇਂ ਐਕਸਪਲੇਨ ਕੀਤਾ ਜਾਂਦਾ।
ਅੱਜ ਕੱਲ ਜਿਹੜੀ ਮਰਜ਼ੀ ਕੰਟਰੀ ਦੀ ਆਪਾਂ ਗੱਲ ਕਰੀਏ, ਹਰ ਕੰਟਰੀ ਦੇ ਵਿੱਚ ਯੂਨੀਵਰਸਿਟੀ ਜਾਂ ਕਾਲਜ ਵੀ SOP ਮੰਗਦਾ ਵਾ, ਠੀਕ ਹੈ? ਉਹਦੇ ਵਿੱਚ ਕੀ ਮਤਲਬ, ਉਹ ਵੀ ਡਿਫਰੈਂਟ ਹੁੰਦੀ ਆ ਜਾਂ ਵੀ ਸਿਮਿਲਰ SOP ਹੀ? ਦੇਖੋ, ਇਹ ਸਿਮਿਲਰ SOP ਹੁੰਦੀ ਹੈ ਵੀ ਜਿਹੜੀ ਅਸੀਂ SOP ਇਹ 20 ਪੁਆਇੰਟ ਦੀ ਬਣਾਉਂਦੇ ਹਾਂ, ਅਤੇ ਇਹਦੇ ਵਿੱਚੋਂ ਬੇਸਿਕਲੀ ਕਿਸੇ ਕੋਈ ਯੂਨੀਵਰਸਿਟੀ ਪੰਜ ਚੱਕ ਪੰਜ ਹੁੰਦੇ ਨੇ ਉਹਨਾਂ ਵਿੱਚੋਂ ਪੁਆਇੰਟ, ਕਿਸੇ 7 ਹੁੰਦੇ ਨੇ, ਕਿਸੇ 8, ਮੈਕਸੀਮਮ 10 ਹੋਣਗੇ। ਇਸ ਤੋਂ ਵੱਧ ਪੁਆਇੰਟ ਜ਼ਿਆਦਾਤਰ ਯੂਨੀਵਰਸਿਟੀਆਂ ਦੇ ਨਹੀਂ ਹੁੰਦੇ ਹੈਗੇ ਵੀ ਜੋ ਸਾਡੇ ਆਪਦਾ ਐਕਸਪੀਰੀਅੰਸ ਕੀਤਾ, ਲੇਕਿਨ ਅਸੀਂ ਉਹਨੂੰ ਇੱਕ ਯਾਨੀ ਕਿ ਕਹਿੰਦੇ ਨਾ ਵੀ 5-4 ਕਦਮ ਅੱਗੇ ਰੱਖਦੇ ਹਾਂ ਆਪਦੀ ਚੀਜ਼ ਨੂੰ, ਵੀ ਅਸੀਂ ਵੱਧ ਐਕਸਪਲੇਨ ਕਰਨਾ ਕਿਆ ਦਿੱਕਤ ਹੈ। ਹੁਣ ਤੁਹਾਡੇ ਕੋਲ ਕੋਈ ਇੰਟਰਵਿਊ ਦੇਣਾ ਹੈ, ਤੁਸੀਂ ਉਹਨੂੰ ਪੁੱਛੋ ਜੀ 2-4 ਕੁਸ਼ਚਨ ਪੁੱਛੋ, ਦੱਸ ਦੇ, ਔਰ ਉਸ ਤੋਂ ਬਾਅਦ ਵੀ ਤੁਹਾਨੂੰ ਆਪਦੇ ਜੋਬ ਦੇ ਬਾਰੇ ਜਾਂ ਪੁਰਾਣੀ ਕੋਈ ਇਨਫੋਰਮੇਸ਼ਨ ਜਿਵੇਂ ਦੇ ਰਹੇ ਆ ਵੀ ਮੈਂ ਇਹ ਜੋਬ 'ਤੇ ਇਹ ਕਰਦਾ ਸੀਗਾ ਅਤੇ ਮੈਂ ਤੁਹਾਡੇ ਕੋਲ ਜੋਬ ਕਰੂੰਗਾ ਅਤੇ ਇਹ ਚੀਜ਼ਾਂ ਦਾ ਮੈਂ ਧਿਆਨ ਰੱਖ ਸਕਦਾ, ਮੈਨੂੰ ਇਹਦੀ ਨੌਲੇਜ ਹੈ, ਮੈਨੂੰ ਐਕਸਲ ਦੀ ਨੌਲੇਜ ਹੈ, ਮੈਨੂੰ ਕੰਪਿਊਟਰ ਸਕਿੱਲ ਦੀ ਨੌਲੇਜ ਹੈ, ਮੈਨੂੰ ਸੋਸ਼ਲ ਮੀਡੀਆ ਦੀ ਨੌਲੇਜ ਹੈ, ਤਾਂ ਕੋਈ ਨੁਕਸਾਨ ਤਾਂ ਨਹੀਂ ਹੈਗਾ ਜੀ। ਜਿਹਦਾ ਜਿਹਨੂੰ ਕਹਿੰਦੇ ਨੌਕਰੀ ਨਹੀਂ ਵੀ ਮਿਲਣੀ, ਉਹਨੂੰ ਵੀ ਬੰਦਾ ਕਹੇਗਾ ਨਹੀਂ ਯਾਰ, ਇਹਨੂੰ ਕਾਫੀ ਯਾਨੀ ਕਿ ਬੰਦਾ ਇੰਟੈਲੀਜੈਂਟ ਹੈਗਾ ਗੱਲਬਾਤ ਨੂੰ, ਵੀ ਅੱਛਾ ਐਕਸਪੋਜਰ ਹੈਗਾ ਵੀ ਆਪਾਂ ਨੂੰ ਮੌਕਾ ਦੇਣਾ ਚਾਹੀਦਾ। ਵੀ ਗੱਲ ਇਹ ਹੈ ਵੀ ਉਹ ਫਰਕ ਪਾ ਦਿੰਦਾ ਤੁਹਾਡੇ ਵੀਜ਼ੇ 'ਤੇ ਰਿਜੈਕਟ ਹੋਣ 'ਤੇ ਅਤੇ ਵੀਜ਼ੇ ਗ੍ਰਾਂਟ ਹੋਣ 'ਚ, ਸਿਰਫ ਇੰਨੀ ਕੁ ਚੀਜ਼ ਫਰਕ ਪਾ ਦਿੰਦੀ ਹੈ। ਹੁਣ ਜਿਹੜੀ ਯੂਨੀਵਰਸਿਟੀਆਂ ਹੈਗੀਆਂ ਉਹ ਟੈਕਨੀਕਲੀ ਬੇਸਿਕ ਦੇ ਲੈਵਲ 'ਤੇ ਚੱਲਦੀਆਂ, ਵੀ ਐਸ ਕਰਪੇ ਟੂ ਅੰਬੈਸੀ, ਵੀ ਅਸੀਂ ਜਿਹੜੀ ਯੂਨੀਵਰਸਿਟੀ ਦੀ SOP ਹੁੰਦੀ ਹੈ ਉਹ ਵੀ ਠੀਕ ਹੈ, ਹੁੰਦੀ ਅੱਛੀ ਹੁੰਦੀ ਹੈ, ਖੈਰ ਨੋ ਡਾਊਟ, ਬਟ ਇੱਕ ਫਰੈਕਸ਼ਨ ਆਫ ਵਟ ਵੀ ਸੈਂਡ ਇਟ ਟੂ ਦਾ ਅੰਬੈਸੀ, ਅਤੇ ਉਹਦਾ ਇੱਕ ਬਹੁਤ ਫਰੈਕਸ਼ਨ ਜ਼ਿਆਦਾ ਹੈ, ਵੀ ਜਿਵੇਂ ਕਹਿੰਦੇ ਮਿੰਨੀ ਵਰਜ਼ਨ ਲਗਾ ਦਿਉ ਵੀ ਉਸ ਚੀਜ਼ ਦਾ, ਵੀ ਐਂ ਲਗਾ ਦਿਉ ਵੀ ਉਹਨਾਂ ਕੋਲ ਜਿਹੜੀ ਜਿਹੜੀ GT ਦੇ ਵਿੱਚ ਜਿਹੜੇ ਕੁਸ਼ਚਨ ਮੰਗਦੇ ਨੇ ਉਹ SOP ਮੰਗਦੇ ਨੇ, ਉਹ ਵੀ ਟੈਕਨੀਕਲੀ 5-5, 4-4, 6-6 ਲਾਈਨਾਂ ਲਿਖਣੀਆਂ ਹੁੰਦੀਆਂ, ਵੀ ਉਹ 6 ਲਾਈਨਾਂ ਜੇ ਟੈਕਨੀਕਲੀ ਉਹ ਲਿਖਣਾ ਮੁਸ਼ਕਿਲ ਹੁੰਦਾ ਵੀ ਇੰਨਾ ਕੁ ਸਹੀ ਤਰੀਕੇ ਨਾਲ ਚੀਜ਼ ਨੂੰ ਐਕਸਪਲੇਨ ਕਰਨਾ। ਇਸ ਕਰਕੇ ਵੀ ਅਸੀਂ ਤਾਂ ਉਹਨੂੰ ਮਿੰਨੀ ਵਰਜ਼ਨ ਕਹਿੰਦੇ ਹਾਂ, ਵੀ ਅਗਰ ਯੂਨੀਵਰਸਿਟੀ ਦੀ ਸਾਡੇ ਕੋਲ GT ਆ ਜਾਂਦੀ ਹੈ ਅਤੇ ਜੋ ਅਸੀਂ ਪਹਿਲਾਂ ਫਾਈਲਾਂ ਲੱਗੀਆਂ ਹੋਈਆਂ ਅਤੇ ਉਹਦੇ ਵਿੱਚ ਅਸੀਂ ਵੀਜ਼ੇ ਦਿੱਤੇ ਹੁੰਦੇ ਨੇ, ਸਾਡੇ ਕੋਲ SOPs ਪਈਆਂ ਹੁੰਦੀਆਂ ਹੈ, ਅਤੇ ਉਹਦੇ ਵਿੱਚੋਂ ਹੀ ਬੱਚੇ ਨੂੰ ਅਸੀਂ ਲਾਈਕ ਗਾਈਡ ਕਰਦੇ ਹਾਂ, ਅਤੇ ਲਾਈਕ ਉਹ ਕਿ GT ਜਿਹੜੀ ਲੋਕਾਂ ਨੂੰ ਬਾਕੀ ਕੰਪਨੀਆਂ ਨੂੰ ਲਿਖਣ 'ਚ ਜਾਂ ਲਿਖਵਾਉਣ 'ਚ ਜਾਂ ਕੁਛ ਵੀ ਕਰਨ 'ਚ 10-12 ਦਿਨ ਲੱਗ ਜਾਂਦੇ ਨੇ, ਸਾਡੇ ਲਈ ਮੈਕਸੀਮ ਅੱਧੇ ਘੰਟੇ ਦਾ ਕੰਮ ਹੈ, ਕਿਉਂਕਿ ਆਲਮੋਸਟ 100% ਸਾਡੇ ਕੋਲ ਪਹਿਲਾਂ ਹੀ ਤਿਆਰ ਹੁੰਦਾ ਹੈ ਵੀ ਸੇਮ ਟਾਈਪ ਦਾ। ਵੀ ਮੇਰੇ ਕੋਲ, ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਕੋਲ ਕੋਈ 1200 SOP ਤਿਆਰ ਪਈ ਹੈ, ਜੋ ਸਟੇਟਮੈਂਟ ਪਰਪਸ ਵੀ ਯਾਨੀ ਕਿ ਮੇਰੇ ਬੋਕਸ 'ਚ ਪਈ ਹੈ, ਇਨਬੋਕਸ 'ਚ, ਅਤੇ ਇਹਦੇ ਵਿੱਚ ਐਂ ਵੀ ਹਰ ਬੱਚੇ ਦੇ ਹਰ ਕੋਰਸ ਹਰ ਯੂਨੀਵਰਸਿਟੀ ਯਾਨੀ ਕਿ ਮੋਟਾ ਮੋਟਾ ਲਗਾ ਦਿਉ ਵੀ 1200 ਦੇ ਵਿੱਚ ਤੁਸੀਂ ਆ ਦਿਉ, ਕਿਤੇ ਨਾ ਕਿਤੇ ਕੋਈ ਚੀਜ਼ ਮੈਚ ਕਰ ਜਾਂਦੀ ਹੈ, ਅਤੇ ਅਸੀਂ ਉਹ ਬੱਚੇ ਨੂੰ ਗਾਈਡ ਕਰਦੇ ਨੇ ਉਸ ਤਰੀਕੇ ਨਾਲ, ਅਤੇ ਬੱਚਾ ਫਿਰ ਆਪਣੀ ਵਰਜ਼ਨ 'ਚ ਸਾਨੂੰ ਦੇ ਦਿੰਦਾ, ਅਤੇ ਕੋਈ ਇੰਨਾ ਦਿੱਕਤ ਨਹੀਂ ਆਉਂਦੀ, ਵੀ ਅੱਧੇ ਘੰਟੇ ਦਾ ਕੰਮ ਹੈ ਸਾਡੇ ਵਾਸਤੇ GT ਜਿਹੜਾ ਫੋਰਮਸ ਹੈਗੇ ਨੇ ਉਹਨੂੰ ਕਲੀਅਰ ਕਰਨਾ, ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਸਰ, ਜਿਹੜੀ ਯੂਨੀਵਰਸਿਟੀਜ਼ ਨੋਨ GT ਕਰਦੀਆਂ, ਉਹ ਨੋਨ GT ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਕਿਉਂ ਬੱਚੇ ਨੋਨ GT ਹੋ ਜਾਂਦੇ? ਕਿਉਂਕਿ ਕੰਸਲਟੈਂਟ ਜਿਹੜਾ ਹੈਗਾ ਉਹਨੂੰ ਗਾਈਡ ਨਹੀਂ ਕਰ ਪਾਉਂਦਾ ਜ਼ਿਆਦਾਤਰ। ਮੈਂ ਤੁਹਾਨੂੰ ਕਲੀਅਰ ਜੀ ਗੱਲ ਕਰੂੰਗਾ, ਵੀ ਘੁਮਾ ਕੇ ਨਹੀਂ ਗੱਲ ਕਰੂੰਗਾ, ਜ਼ਿਆਦਾਤਰ ਕੰਸਲਟੈਂਟ ਆਪ GT ਕਰਦੇ ਨੇ, ਇੱਕ ਸਟੂਡੈਂਟ ਕੁਛ ਨਹੀਂ ਕਰਦਾ ਹੈਗਾ, ਰੇਅਰ ਕੇਸ ਹੁੰਦਾ ਸਟੂਡੈਂਟ ਵੀ ਜਿਹੜਾ ਕਰੇ, ਅਤੇ ਜਦ ਸਟੂਡੈਂਟ ਜਦ ਏਜੰਟ ਖੁਦ ਕਰ ਰਿਹਾ, ਹੁਣ ਉਹਦੇ 'ਚ ਕੋਈ ਕੁਸ਼ਚਨ ਪੁੱਛਿਆ ਜਾਏ ਵੀ ਤੁਸੀਂ ਆਸਟ੍ਰੇਲੀਆ ਕਿਉਂ ਪੜ੍ਹਨਾ ਚਾਹੁੰਦੇ ਹਾਂ, ਅਗਰ ਉਹ ਲਿਖਦਾ ਵੀ ਆਸਟ੍ਰੇਲੀਆ ਦੀ ਐਜੂਕੇਸ਼ਨ ਕੁਆਲਿਟੀ ਬਹੁਤ ਹਾਈ ਹੈ, ਆਸਟ੍ਰੇਲੀਆ ਸੇਫ ਕੰਟਰੀ ਹੈ, ਆਸਟ੍ਰੇਲੀਆ ਦਾ ਵੈਦਰ ਬਹੁਤ ਵਧੀਆ, ਇੱਥੇ ਰੇਸਿਜ਼ਮ ਨਹੀਂ ਹੈਗਾ, ਕੁਆਲਿਟੀ ਆਫ ਲਾਈਫ ਬਹੁਤ ਵਧੀਆ ਹੈਗੀ, ਕੁਆਲਿਟੀ ਆਫ ਐਜੂਕੇਸ਼ਨ ਬਹੁਤ ਵਧੀਆ, ਗਵਰਨਮੈਂਟ ਕੰਟਰੋਲ ਅੱਛੇ ਹੈ, ਵੀ ਕੁਛ ਅੱਛੀ ਚੀਜ਼ਾਂ ਪ੍ਰੈਕਟੀਕਲ 'ਤੇ ਵੀ ਪ੍ਰੋਪਰ ਜੀ ਗੱਲਾਂ ਦਿਖਦਾ ਤਾਂ ਸਮਝ ਆਉਂਦੀ ਹੈ। ਅਗਰ ਉਹ ਅਗਰ ਉਹੀ ਕੁਸ਼ਚਨ ਦਾ ਹੀ ਆਂਸਰ ਦਿੱਤਾ ਵੀ ਆਸਟ੍ਰੇਲੀਆ ਬਿਊਟੀਫੁਲ ਕੰਟਰੀ ਹੈ, ਅਤੇ ਮੈਨੂੰ ਬਹੁਤ ਨਾਈਸ ਲੱਗਦਾ ਹੈ, ਮੇਰੇ ਉੱਥੇ ਰਿਸ਼ਤੇਦਾਰ ਬੈਠੇ ਨੇ, ਮੇਰਾ ਬ੍ਰਦਰ ਬੈਠੇ ਹੈ, ਉੱਥੋਂ ਦਾ ਵੈਦਰ ਬਹੁਤ ਵਧੀਆ ਹੈ, ਅਤੇ ਮੈਂ ਉੱਥੇ ਕੱਲ੍ਹ ਨੂੰ ਸੈਟਲ ਹੋਣਾ ਚਾਹੁੰਦਾ, ਅਤੇ ਤੁਸੀਂ ਦੱਸੋ ਵੀ ਦੋਨਾਂ ਚੀਜ਼ਾਂ ਦੇ ਕੁਸ਼ਚਨ ਤਾਂ ਦੋਨੋਂ ਇੱਕੋ ਹੀ ਸੀਗੇ, ਲੇਕਿਨ ਆਂਸਰ 'ਚ ਫਰਕ ਪੈ ਗਿਆ। ਹੁਣ ਉਹਨੇ ਦਾ ਕੰਸਲਟੈਂਟ ਨਾਲ ਆਪਦੀ ਜਿੰਨੀ ਅਕਲ ਸੀ ਉਨੀ ਦਿਖਤੀ, ਅਤੇ ਆਪਣੇ ਦਿਲ ਦੇ ਅਰਮਾਨ ਰੱਖਦੇ ਅੱਗੇ ਹੁਣ, ਲੇਕਿਨ ਯੂਨੀਵਰਸਿਟੀ ਉਹ ਨਹੀਂ ਸੁਣਨਾ ਚਾਹੁੰਦੀ। ਯੂਨੀਵਰਸਿਟੀ ਇੱਕ ਟੈਕਨੀਕਲ ਕੁਸ਼ਚਨ ਦਾ ਟੈਕਨੀਕਲੀ ਆਂਸਰ ਸੁਣਨਾ ਚਾਹੁੰਦੀ ਹੈ, ਵੀ ਅਗਰ ਉਹ ਲਿਖ ਕੇ ਭੇਜ ਦੋਗੇ ਤਾਂ GT ਕਲੀਅਰ ਹੋ ਜਾਏਗੀ, ਅਗਰ ਕੁਛ ਆਪਦੀ ਕਹਾਣੀ ਲਿਖੋਗੇ ਤਾਂ ਨੈਚੁਰਲੀ ਗੱਲ ਹੈ ਵੀ ਤੁਹਾਨੂੰ ਪਤਾ ਹੀ ਹੈ ਵੀ ਕਿਆ ਹੋਣਾ। ਉਦੋਂ ਪੁੱਛਿਆ ਜਾਂਦਾ ਇਹ ਕੋਰਸ ਤੁਸੀਂ ਕਿਉਂ ਚੂਜ਼ ਕੀਤਾ, ਹੁਣ ਇੱਕ ਆਂਸਰ ਇਹ ਬਣਦਾ ਵੀ ਇਹ ਕੋਰਸ ਜਿਹੜਾ ਹੈਗਾ ਮੇਰੀ ਪਿੱਛੇ ਪੜ੍ਹਾਈ ਨਾਲ ਰੈਲੇਵੈਂਟ ਹੈ, ਮੇਰੇ ਕਰੀਅਰ ਗੋਲਸ ਦੇ ਨਾਲ ਰੈਲੇਵੈਂਟ ਹੈਗਾ, ਅਤੇ ਇਹ ਜਿਹੜੀ ਪੜ੍ਹਾਈ ਹੈਗੀ ਹੈ ਵੀ ਇਹ ਪ੍ਰੈਕਟੀਕਲ ਐਜੂਕੇਸ਼ਨ ਹੈਗੀ ਹੈ, ਅਤੇ ਇਹ ਕਰਨ ਤੋਂ ਬਾਅਦ ਵੀ ਮੈਨੂੰ ਵਧੀਆ ਜੋਬ ਓਪਰਚੁਨਿਟੀ ਮਿਲ ਜਾਣੀ, ਇੱਕ ਤਾਂ ਇਹ ਆਂਸਰ ਹੋ ਗਿਆ। ਦੂਸਰਾ ਇਹਦਾ ਆਂਸਰ ਹੋ ਗਿਆ ਜੀ ਮੇਰਾ ਉੱਥੇ ਭਰਾ ਪੜ੍ਹਦਾ, ਅਤੇ ਯਾਨੀ ਕਿ ਉਹਨੇ ਮੈਨੂੰ ਕਿਹਾ ਇਹ ਕਰਦਾ ਤੂੰ, ਇਹ ਕੋਰਸ ਵਧੀਆ ਰਹੂਗਾ ਤੇਰੇ ਵਾਸਤੇ, ਜਾਂ ਇਹ ਕਰਦੇ ਜੀ ਇਹਦੇ 'ਚ PR ਹੈਗੀ ਹੈ, ਜਾਂ ਮੇਰੇ ਕੰਸਲਟੈਂਟ ਨੇ ਕਿਹਾ ਵੀ ਇਹ ਕੋਰਸ ਵਧੀਆ ਹੈਗਾ, ਅਤੇ ਕੱਲ੍ਹ ਨੂੰ ਇਹ ਕਰਕੇ ਵੀ ਤੁਸੀਂ ਉੱਥੇ ਜਾ ਕੇ ਪੱਕੇ ਜਲਦੀ ਹੋ ਜਾਓਗੇ, ਕੁਛ ਵੀ ਲਗਾ ਦਿਉ ਐਸੇ। ਹੁਣ ਕੁਸ਼ਚਨ ਤਾਂ ਸੇਮ ਸੀਗਾ, ਆਂਸਰ ਡਿਫਰੈਂਟ ਸੀਗਾ, ਹੁਣ ਇੱਕ ਦੀ GT ਕਲੀਅਰ ਹੋ ਜਾਣੀ ਹੈ, ਇੱਕ ਦਾ ਇੱਕ ਦੀ ਰਿਜੈਕਟ ਹੋ ਜਾਣੀ, ਇੱਕ ਦਾ ਵੀਜ਼ਾ ਆ ਜਾਣਾ, ਦੂਜੇ ਦਾ ਰਿਜੈਕਟ ਹੋ ਜਾਣਾ, ਇਹ ਸਮਾਰਟਨੈਸ ਹੈ ਏਜੰਟ ਦੀ।
ਕਿੰਨਾ ਕੁ ਸਮਾਰਟ ਏਜੰਟ ਹੈ, ਕਿੰਨਾ ਕੁ ਤੇਜ਼ ਹੈ, ਕਿੰਨਾ ਕੁ ਉਹ ਇਹ ਚੀਜ਼ਾਂ ਦੇ ਵਿੱਚ ਧਿਆਨ ਦਿੰਦਾ ਹੈਗਾ, ਫਾਈਲ ਦੇ ਬੱਚੇ ਦੀ ਧਿਆਨ ਦਿੰਦਾ। ਹੁਣ ਜ਼ਿਆਦਾਤਰ ਬੱਚੇ ਲਾਈਕ ਕੰਸਲਟੈਂਟਸ ਵਾਸਤੇ ਜਿਹੜੀ ਫਾਈਲ ਹੁੰਦੀ ਹੈ ਉਹ ਹੁੰਦੀ ਹੈ ਇੱਕ ਨੰਬਰ, ਵੀ ਫਲਾਣੇ ਨੰਬਰ ਫਾਈਲ, ਫਲਾਣੀ ਨੰਬਰ ਫਾਈਲ। ਮੇਰੇ ਲਈ ਹੁੰਦਾ ਹੈ ਕਿ ਜ਼ਿੰਦਗੀ ਇੱਕ ਫੈਮਿਲੀ ਦੀ ਫਿਊਚਰ, ਇੱਕ ਫੈਮਿਲੀ ਦਾ, ਕਿਉਂਕਿ ਕਈ ਵਾਰੀ ਸਿੰਗਲ ਕੇਸ ਹੈ ਤਾਂ ਇੱਕ ਫੈਮਿਲੀ ਦਾ ਫਿਊਚਰ ਹੋ ਗਿਆ, ਅਗਰ ਕਪਲ ਦੀ ਫਾਈਲ ਹੈ ਤਾਂ ਦੋ ਫੈਮਿਲੀਆਂ ਦਾ ਫਿਊਚਰ, ਕਿਉਂਕਿ ਪੇਰੈਂਟਸ ਨੇ ਕੱਲ੍ਹ ਨੂੰ ਜਾਣਾ ਹੈ, ਉਹ ਜਾ ਸਕਦੇ ਨੇ, ਬ੍ਰਦਰ ਸਿਸਟਰ ਕੋਈ ਇੱਧਰ ਉੱਧਰ ਕੋਈ ਹੋਰ ਹੈਗੇ ਨੇ ਰਿਸ਼ਤੇਦਾਰ, ਉਹ ਜਾ ਸਕਦੇ ਨੇ। ਫਿਰ ਬੱਚੇ ਦੀ ਇੱਕ ਲਾਈਫ ਚੇਂਜ ਹੋ ਜਾਂਦੀ ਹੈ, ਉਹਦਾ 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 ਪੂਰਾ ਫਿਊਚਰ ਹੀ ਚੇਂਜ ਹੋ ਜਾਂਦਾ ਵੀ ਬਾਹਰ ਜਾ ਕੇ ਉਹਨੂੰ ਜੋ ਜੋ ਕੁਛ ਐਕਸਪੋਜਰ ਮਿਲਦਾ, ਜੋ ਕੁਛ ਮਿਲਦਾ। ਅਤੇ ਇਹ ਚੀਜ਼ਾਂ ਅਗਰ 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 ਕੰਪਨੀ ਜਿਹੜਾ ਵੀ ਕੰਸਲਟੈਂਟ ਹੈਗਾ ਇਹ ਚੀਜ਼ ਇਹ ਸੋਚ ਕੇ ਚੱਲੇ ਵੀ ਨਹੀਂ ਯਾਰ ਕਿਸੇ ਦੀ ਲਾਈਫ 'ਤੇ ਕਿਸੇ ਦੇ ਫਿਊਚਰ ਦਾ ਸਵਾਲ ਹੈ, ਵੀ ਅਗਰ ਮੈਨੂੰ ਨਹੀਂ ਜਾਣੀ ਆਉਂਦੀ ਫਾਈਲ ਮੈਂ ਨਾ ਜਾਵਾਂ, ਅਗਰ ਜਾਣੀ ਆਉਂਦੀ ਹੈ ਤਾਂ ਚੱਜ ਨਾਲ ਜਾਵਾਂ ਅਤੇ ਪੂਰਾ ਦਿਮਾਗ ਅਤੇ ਆਪਦਾ ਦਿਲ ਨਾਲ ਅਤੇ ਹਰ ਚੀਜ਼ ਚੈੱਕ ਕਰਕੇ ਲਗਾਵਾਂ ਅਤੇ ਵੀਜ਼ਾ ਬੱਚੇ ਤੋਂ ਮੈਂ ਲੈ ਕੇ ਦੇਵਾਂ, ਤਾਂ ਠੀਕ ਹੈ ਜੀ। ਫਿਰ ਉਹਦੇ ਰਿਜ਼ਲਟ ਬਹੁਤ ਵਧੀਆ ਆਉਣਗੇ, ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ, ਸੋਚਣ ਦੀ ਵੀ ਲੋੜ ਨਹੀਂ ਤੁਹਾਨੂੰ। ਅਤੇ ਜਿਹੜਾ ਕੰਸਲਟੈਂਟ ਕਹਿੰਦਾ ਮੈਨੇ ਕੀ ਦੇਣਾ, ਲਓ ਜੀ ਗੱਲਾਂ ਮਾਰਨ 'ਚ ਹੁਸ਼ਿਆਰ ਹੈ ਜੀ, ਅਸੀਂ ਤਾਂ ਅਸੀਂ ਮਾਰਕੀਟਿੰਗ 'ਚ ਕਰਨ 'ਚ ਹੁਸ਼ਿਆਰ ਹੈ, ਅਸੀਂ ਇਹ ਜਿਹੜੇ ਜਿਹੜੀ ਫਾਈਲ ਹੈਗੀ ਹੈ ਵੀ ਫੜਨੀ ਹੈ, ਬੱਚਿਆਂ ਨਾਲ ਵਧੀਆ ਵਧੀਆ ਗੱਲਾਂ ਕਰਨੀ ਹੈ, ਇੱਕ ਕੁੜੀ ਨੂੰ ਫੜਾਣੀ ਹੈ, ਹੋ ਸਕਦਾ ਉਹਦੀ ਬੀ ਏ ਕੋਰਸਪੋਂਡੈਂਸ ਹੋਏ, ਵੀ ਬੀ ਟੈਕ ਦੀ ਫਾਈਲ ਜਾਂ ਕੋਈ ਐਮ ਬੀ ਏ ਬੱਚੇ ਦੀ ਫਾਈਲ, ਇੱਕ 12ਵੀਂ ਪਾਸ ਕੁੜੀ ਨੂੰ ਫੜਾ ਦੇਣੀ ਹੈ, ਵੀ ਲਓ ਜੀ ਐਂ ਕਰ ਐਡਮਿਸ਼ਨ ਦੇਖਦਾ ਯਾਰ ਜਿੱਥੇ ਹੁੰਦੀ ਹੈ, ਨਹੀਂ ਪਤਾ ਐਂ ਕਰੋ ਫਲਾਣੇ ਕੰਸਲਟੈਂਟ ਨੂੰ ਪੁੱਛ ਲਓ ਵੀ ਉਹ ਦੱਸ ਦੇਗਾ ਵੀ ਕਿੱਥੋਂ ਆਉਣੀ ਹੈ। ਵੀ ਤੁਸੀਂ ਜਦ ਇਹੋ ਜਿਹਾ ਕੰਮ ਕਰਦੇ ਹੋ, ਇਸ ਤਰੀਕੇ ਨਾਲ ਕੰਮ ਕਰਦੇ ਹੋ, ਵੀ ਸਿੱਖਣ ਦੀ ਕੋਸ਼ਿਸ਼ ਨਾ, ਜ਼ਿਆਦਾਤਰ ਕੰਸਲਟੈਂਟ ਨਹੀਂ ਕਰਦੇ ਵੀ ਅਸੀਂ ਕੰਮ ਸਿੱਖਣ ਦੀ ਕੋਸ਼ਿਸ਼ ਕਰੀਏ, ਨੌਲੇਜ ਗੇਨ ਕਰਨ ਦੀ ਕੋਸ਼ਿਸ਼ ਕਰੀਏ, ਨਹੀਂ ਆਉਂਦਾ ਤਾਂ ਉਹਨੂੰ ਅਸੀਂ ਅਸੀਂ ਆਪ ਟਰਾਈ ਕਰਕੇ ਦੇਖੀਏ ਵੀ ਇਹ ਕੰਮ ਕਿਵੇਂ ਆਉਣਾ। ਉਹ ਮਾਰਦੇ ਆ ਸ਼ਾਰਟਕੱਟ, ਜ਼ਿਆਦਾਤਰ ਸ਼ਾਰਟਕੱਟ ਮਾਰਦੇ ਨੇ, ਫਿਰ ਗੱਲਾਂ ਆਉਂਦੀਆਂ ਵੀ ਠੀਕ ਹੈ ਜੀ, ਆਪਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ, ਵੱਡੀਆਂ ਵੱਡੀਆਂ ਪੈਕੇਜ ਕਰਦੇ ਚੱਕ ਕੇ, ਠੀਕ ਹੈ ਜਿਹੜਾ ਆ ਗਿਆ, ਨਹੀਂ ਤਾਂ ਨਹੀਂ ਆਇਆ ਤਾਂ ਚਲੋ ਚਲੋ ਜੀ ਕੋਈ ਗੱਲ ਨਹੀਂ, ਅਸੀਂ ਕਿਹੜਾ ਕੁਛ ਦਿੱਤਾ ਤੁਹਾਡੇ ਤੋਂ, ਜਾਂ ਕੁਛ ਵੀ ਦਿਖਾ ਦਿਓ ਵੀ ਜਿਵੇਂ ਮਰਜ਼ੀ ਦਿਖਾ ਦਿਓ। ਅਤੇ ਇਹ ਚੀਜ਼ਾਂ 'ਤੇ ਧਿਆਨ ਦੇਣਾ ਜ਼ਰੂਰੀ ਹੈ। ਮੇਰੇ ਵਾਸਤੇ ਇੱਕ ਫਾਈਲ ਇੱਕ ਨੰਬਰ ਨਹੀਂ ਹੈਗਾ, ਮੇਰੇ ਲਈ ਇੱਕ ਕਿਸੇ ਦੀ ਫਿਊਚਰ ਦਾ ਸਵਾਲ ਹੈ। ਇਸ ਕਰਕੇ ਮੈਂ ਸਟੇਟਮੈਂਟ ਆਫ ਪਰਪਸ ਨੂੰ ਲੈ ਕੇ ਬਹੁਤ ਜ਼ਿਆਦਾ ਸਟਰੋਂਗਲੀ ਚੱਲਦਾ ਹਾਂ। ਅਸੀਂ ਕੈਨੇਡਾ ਦੀ ਗੱਲ ਕਰੀਏ, ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਵੀ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ਾ ਦੀ ਰਿਜੈਕਸ਼ਨ ਹੋਏ ਵੇ, ਰੀਸੈਂਟ ਸਟੂਡੈਂਟ ਵੀਜ਼ਾ ਰਿਜੈਕਸ਼ਨ ਦੇ ਵੀ ਅਸੀਂ ਦੁਬਾਰਾ ਵੀਜ਼ੇ ਦਿੱਤੇ ਨੇ, ਸਿਰਫ ਸਟੇਟਮੈਂਟ ਪਰਪਸ 'ਤੇ ਆਪਦੀ ਜੀ ਟੀ ਦੇ ਡਾਕੂਮੈਂਟੇਸ਼ਨ ਚੇਂਜ ਕਰਕੇ। ਦੂਸਰੀ ਗੱਲ, ਕੈਨੇਡਾ ਦੇ 5 ਵਾਰੀ ਕੈਨੇਡਾ ਦਾ ਵੀਜ਼ਾ ਰਿਜੈਕਟਡ ਦਾ ਮੈਂ ਕੈਨੇਡਾ ਦਾ ਹੀ ਵੀਜ਼ਾ ਚੈੱਕ ਕਰਾ ਸਕਦਾ ਬੱਚੇ ਨੂੰ, ਵੀ 5 ਵਾਰੀ ਉਹਦੀ ਰਿਜੈਕਸ਼ਨ ਸੀਗੀ, 4 ਸਾਲ ਦਾ ਬੱਚੇ ਦਾ ਗੈਪ ਸੀਗਾ, ਅਤੇ ਬੈਂਡ ਜ਼ਰੂਰ ਸੀਗੇ, 6 ਈਚ ਸੀਗੇ ਬੱਚੇ ਦੇ, ਅਤੇ ਉਹਦਾ ਵੀਜ਼ਾ ਦਿੱਤਾ ਸੀ ਜਿਹਦੀ 5 ਵਾਰੀ ਪਹਿਲਾਂ ਰਿਜੈਕਸ਼ਨ ਹੋ ਚੁੱਕੀ ਸੀਗੀ ਕੈਨੇਡਾ ਦੀ। ਤੁਸੀਂ ਐਕਸਪੈਕਟ ਕਰ ਸਕਦੇ ਹੋ ਵੀ ਕੋਈ ਕਮੀ ਤਾਂ ਛੱਡੀ ਨਹੀਂ ਹੋਣੀ ਕੰਸਲਟੈਂਟ ਨੇ ਆਪਦੇ ਤਰੀਕੇ ਨਾਲ, ਤਾਂ ਵੀ ਕੁਛ ਨਾ ਕੁਛ ਤਾਂ ਇੱਧਰ ਉੱਧਰ ਕੀਤਾ ਹੀ ਹੋਣਾ। ਅਤੇ ਜਦ ਤੁਸੀਂ 5 ਵਾਰੀ ਬਾਅਦ ਫਾਈਲ ਲਗਾ ਰਹੇ ਹੋ, ਅਤੇ ਉਹਦੇ ਵਿੱਚ ਹਰ ਇੱਕ ਜਿਹੜੀ ਰਿਫਿਊਜ਼ਲ ਸੀ ਉਹ ਐਕਸਪਲੇਨ ਕੀਤੀ ਗਈ ਜੀ, ਕਿਉਂ ਰਿਫਿਊਜ਼ਲ ਹੋਈ ਹੈ, ਇਹਦੇ 'ਚ ਮੈਂ ਕੀ ਕੋਰਸ ਦਿੱਤਾ ਸੀ, ਮੇਰੇ ਬੈਂਡ ਕਿੰਨੇ ਸੀਗੇ, ਮੇਰੇ ਰਿਫਿਊਜ਼ਲ ਦਾ ਵੀ ਠੀਕ ਹੈ ਜੀ, ਮੇਰੀ ਇਹ ਰਿਫਿਊਜ਼ਲ ਦੀ ਇਹ ਸੀਗਾ, ਇਹ ਸੀਗਾ, ਹਰ ਚੀਜ਼ ਦੀ ਯਾਨੀ ਕਿ ਸਮਰੀ ਜਿਹੜੀ ਸਟਾਰਟ ਹੁੰਦੀ ਹੈ ਜਿਹੜੀ ਇੰਟਰੋਡਕਸ਼ਨ, ਉੱਥੋਂ ਹੀ ਸ਼ੁਰੂ ਕੀਤਾ ਵੀ ਪਹਿਲਾਂ ਤਾਂ ਮੇਰੀ ਰਿਫਿਊਜ਼ਲ ਚੈੱਕ ਕਰ ਦਿਉ ਜੀ, ਕਿਉਂ ਹੋਈ ਹੈ, ਕਿਵੇਂ, ਫਿਰ ਮੈਂ ਵੀ ਨੈਗੇਟਿਵ ਗੱਲ ਮੈਂ ਪਹਿਲਾਂ ਦੱਸਦਾ ਤੁਹਾਨੂੰ, ਫਿਰ ਮੈਂ ਪੋਜ਼ਿਟਿਵ ਗੱਲਾਂ ਕਰਦਾ ਆਪਣੀਆਂ, ਬਜਾਏ ਕਿ ਪਹਿਲਾਂ ਵਧੀਆ ਵਧੀਆ ਗੱਲਾਂ ਕਰਕੇ ਐਂਡ 'ਚ ਤੁਸੀਂ ਨੈਗੇਟਿਵ ਚੀਜ਼ ਦਿਖਤੀ, ਵੀ ਉਹਨੇ ਵੀਜ਼ਾ ਜਿਹੜਾ ਮੂਡ ਬੰਦਾ ਐਂਡ 'ਚ ਉਹਨੇ ਖਤਮ ਕਰ ਦੇਣਾ ਆਪਦਾ ਮੂਡ, ਵੀ ਨਹੀਂ ਯਾਰ ਵੀ ਛੱਡ ਪੁਰਾਣੀ ਰਿਜੈਕਸ਼ਨ। ਇਸ ਕਰਕੇ ਵੀ ਹਰ ਰਿਜੈਕਸ਼ਨ ਨੂੰ ਐਕਸਪਲੇਨ ਕਰਨਾ, ਹਰ ਚੀਜ਼ ਕਰਨਾ ਜ਼ਰੂਰੀ ਹੈਗਾ। ਇਹ ਚੀਜ਼ਾਂ ਦੇਖ ਕੇ ਕਰਕੇ ਅਗਰ ਆਪਾਂ ਸਹੀ ਤਰੀਕੇ ਨਾਲ ਫਾਈਲ ਲਗਾਉਂਦੇ ਹਾਂ ਤਾਂ ਵੀਜ਼ਾ ਨੂੰ ਅਸੀਂ ਚਾਂਸ ਹੀ ਨਹੀਂ ਦਿੰਦਾ ਵੀਜ਼ਾ ਰਿਜੈਕਟ ਕਰਨ ਦਾ ਬੇਸਿਕਲੀ। ਠੀਕ ਹੈ ਸਰ, ਸਟੂਡੈਂਟ ਦੀ SOP ਦੇ ਨਾਲ ਨਾਲ ਜਿਹੜੇ ਬੱਚੇ ਸਪਾਊਸ ਵੀਜ਼ਾ ਲਗਵਾਉਂਦੇ ਆ, ਚਾਹੇ UK ਆ ਜਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਸਪਾਊਸ ਦੀ SOP ਵੀ ਜ਼ਰੂਰੀ ਹੁੰਦੀ ਹੈ, ਔਰ ਉਹਦੇ ਵਿੱਚ ਕੀ ਕੀ ਪੁਆਇੰਟਸ ਹੋਣੇ ਜ਼ਰੂਰੀ ਨੇ? ਦੇਖੋ, SOP ਜਿਹੜੀ ਸਪਾਊਸ ਦੀ ਹੋਣੀ ਜ਼ਰੂਰੀ ਹੈ, ਅਗਰ ਹੋਏ ਤਾਂ ਇਹ ਇੱਕ ਬਹੁਤ ਵਧੀਆ ਪੋਜ਼ਿਟਿਵ ਫੈਕਟਰ ਮੰਨਿਆ ਜਾਂਦਾ ਹੈ। ਵੈਸੇ ਆਸਟ੍ਰੇਲੀਆ ਦੀ ਆਪਾਂ ਸਪੈਸ਼ਲੀ ਗੱਲ ਕਰੀਏ ਤਾਂ SOP ਜਿਹੜੀ ਸਪਾਊਸ ਦੀ ਉਹ ਇੱਕ ਮੈਂਡੇਟਰੀ ਡਾਕੂਮੈਂਟ ਹੈਗੇ, ਮੰਗਦੇ ਹੈਗੇ ਹੈ, ਜ਼ਰੂਰੀ ਹੈਗਾ ਡਾਕੂਮੈਂਟ। ਅਤੇ ਉਹਦੇ ਵਿੱਚ ਇਹ ਬੇਸਿਕ ਦੇਖਣਾ ਜ਼ਰੂਰੀ ਹੈ ਵੀ ਆਪਦੀ ਇੰਟਰੋਡਕਸ਼ਨ ਆ ਗਈ, ਪੜ੍ਹਾਈ ਆ ਗਈ, ਕੋਈ ਕੀ ਕੰਮ ਕਰ ਰਹੇ ਨੇ, ਆਪਣੀ ਵਾਈਫ ਨਾਲ ਕੰਪਨੀ ਕਿਉਂ ਕਰਨਾ ਚਾਹੁੰਦੇ ਨੇ, ਉਹਦੇ ਕੀ ਬੈਨੀਫਿਟਸ ਹੋਣਗੇ, ਵੀ ਵਾਈਫ ਨੂੰ ਅਤੇ ਉਹਨੂੰ ਕੀ ਬੈਨੀਫਿਟ ਹੋਣਗੇ, ਅਤੇ ਉਹ ਯਾਨੀ ਕਿ ਉੱਥੇ ਪੜ੍ਹਾਈ ਜਿਹੜਾ ਕਰ ਰਹੇ ਨੇ, ਤੁਸੀਂ ਇੱਥੇ ਕੰਮ ਛੱਡ ਕੇ ਜਾ ਰਹੇ ਹੋ, ਵੀ ਤੁਸੀਂ ਉਹਨੂੰ ਕਿਵੇਂ ਕਰੋਗੇ, ਵੀ ਇੱਥੇ ਅਗਰ ਕਿਸੇ ਦਾ ਬਿਜ਼ਨਸ ਹੈ ਤਾਂ ਫਿਰ ਉਹ ਐਕਸਪਲੇਨ ਕਰਨਾ ਜ਼ਰੂਰੀ ਹੈ, ਅਤੇ ਮੇਰੇ ਫਾਦਰ ਬਹਿ ਜਾਣਗੇ, ਮੇਰਾ ਬ੍ਰਦਰ ਬਹਿ ਜਾਏਗਾ, ਵੀ ਉਹਦੀਆਂ ਵੀ ਸਟੋਰੀ ਦਿਖਣੀ ਜ਼ਰੂਰੀ ਹੈਗੀ ਹੈ ਥੋੜ੍ਹੀ ਜਿਹੀ। ਅਤੇ ਵੀ ਬਾਕੀ ਐਂਡ 'ਚ ਉਹ ਆ ਜਾਂਦੇ ਵੀ ਵੀਜ਼ਾ ਕੰਡੀਸ਼ਨ, ਮੈਨੂੰ ਅਗਰ ਵੀਜ਼ਾ ਗ੍ਰਾਂਟ ਕੀਤਾ ਜਾਂਦਾ ਤਾਂ ਇਹ ਵੀਜ਼ਾ ਕੰਡੀਸ਼ਨ ਹੋਣਗੀਆਂ, ਅਤੇ ਮੈਂ ਇਸ ਚੀਜ਼ ਦਾ ਪੂਰਾ ਧਿਆਨ ਰੱਖੂੰਗਾ ਵੀ ਮੈਂ ਇਹਨੂੰ ਨਾ ਤੋੜਾਂ। ਅਤੇ ਇਹ ਚੀਜ਼ ਨਾਲ ਗੱਲ ਤਾਂ ਕੁਛ ਵੀ ਨਹੀਂ ਹੈਗੀ, ਵੀ ਠੀਕ ਹੈ ਹੁਣ ਆਪਣੇ ਘਰ ਕੋਈ ਆਏ ਅਤੇ ਆ ਗਿਆ ਜੀ, ਚਲੋ ਜੀ ਬਹਿ ਜਾਓ ਜੀ, ਕੋਈ ਗੱਲ ਨਹੀਂ, ਠੀਕ ਹੈ ਨਾ, ਇੱਕ ਉਹ ਗੱਲ ਹੋ ਗਈ। ਇੱਕ ਆ ਗਿਆ ਆਪਾਂ ਨਮਸਤੇ ਕਰਦੇ ਹਾਂ,
ਇੱਜ਼ਤ ਸਤਿਕਾਰ ਕੀਤਾ, ਪਾਣੀ ਪੁੱਛਿਆ, ਚਾਹ ਪੁੱਛਿਆ ਜੀ, ਬਹਿਰੀ ਹੱਥ ਜਾਏ, ਹਾਲ ਚਾਲ ਪੁੱਛਿਆ, ਸਾਰਾ ਕੁਛ ਕੀਤਾ। ਅਤੇ ਇਹ ਸਾਰੀਆਂ ਚੀਜ਼ਾਂ ਨਾਲ ਗੱਲ ਤਾਂ ਇੱਕੋ ਹੀ ਹੈ ਵੀ ਚਲੋ ਫਰਕ ਨਹੀਂ ਪੈਂਦਾ, ਬਟ ਟੈਕਨੀਕ ਜੀ ਸਾਹਮਣੇ ਵਾਲੇ ਦੀ ਨਿਗਾਹ 'ਚ ਫਰਕ ਪੈ ਜਾਂਦਾ ਹੈ ਵੀ ਨਹੀਂ ਯਾਰ ਸਾਹਮਣੇ ਵਾਲਾ ਵਧੀਆ। ਹੁਣ ਸਾਡਾ ਕੰਮ ਇਹ ਹੈ ਵੀ ਅੰਬੈਸੀ 'ਚ ਜਦੋਂ ਫਾਈਲ ਪੁੱਟਅਪ ਕਰਨੀ ਹੈ ਉਹਦੀ ਫਾਈਲ ਸਟਰੋਂਗ ਕਰਕੇ ਲਗਾਉਣੀ, ਵੀ ਅਸੀਂ ਉਹ ਚੀਜ਼ ਨੂੰ ਜੋ ਹੈ ਉਹ ਤਾਂ ਹੈਗੇ, ਉਹਨੂੰ ਹੋਰ ਬੈਟਰ ਕਿਵੇਂ ਕਰਨਾ, ਸਾਡਾ ਇਹ ਟਾਰਗੇਟ ਰਹਿੰਦਾ ਇਸ ਚੀਜ਼ 'ਤੇ ਬੇਸਿਕਲੀ। ਠੀਕ ਹੈ ਜੀ, ਅੱਜ ਦੇ ਸਾਡੇ ਲਾਈਵ ਸੈਸ਼ਨ ਦਾ ਸਮਾਂ ਜਿਹੜਾ ਸਮਾਪਤ ਹੋ ਗਿਆ, ਬਟ ਫਿਰ ਵੀ ਸਰ ਤੁਸੀਂ ਸਟੂਡੈਂਟਸ ਨੂੰ ਜਾਂਦੇ ਜਾਂਦੇ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ? ਦੇਖੋ SOP ਜਿਹੜਾ ਹੈ ਬਹੁਤ ਵੱਡਾ ਮੈਟਰ ਹੈਗਾ ਹਰ ਕੰਟਰੀ ਨੂੰ ਲੈ ਕੇ। ਅਗਰ ਤੁਹਾਡੀ ਕੇਸ ਬਹੁਤ ਸਟਰੋਂਗ ਹੈ ਫਿਰ ਤੁਸੀਂ ਠੀਕ ਹੈ ਇੱਕ ਬੇਸਿਕ SOP ਦਿਖਾ ਦਿਓ ਤਾਂ ਵੀ ਚਲੋ ਰੀਜ਼ਨੇਬਲ ਰਹੇਗੀ। ਅਗਰ ਮੀਡੀਅਮ ਕੇਸ ਹੈ ਤਾਂ ਥੋੜ੍ਹਾ ਜਿਹਾ ਵਧੀਆ SOP ਹੈ, ਜੇਕਰ ਤੁਹਾਡੀ ਰਿਜੈਕਸ਼ਨ ਹੈਗੀ ਹੈ ਜਾਂ ਬਹੁਤ ਹੀ ਕਮਜ਼ੋਰ ਕੇਸ ਹੈ ਤਾਂ ਇੱਕ SOP ਸਟਰੋਂਗ ਵੀ ਹਾਈਲੀ ਸਟਰੋਂਗ SOP ਹੋਣੀ ਜ਼ਰੂਰੀ ਹੈ। ਅਗਰ ਇਹ ਸਹੀ ਤਰੀਕੇ ਨਾਲ ਲਗਾ ਦੋਗੇ ਇੱਕ ਟੈਕਨੀਕ ਜੀ, ਇਹ ਤੁਸੀਂ ਆਪਦੇ ਵੀਜ਼ਾ ਅਫਸਰ ਨੂੰ ਦੱਸ ਰਹੇ ਹੋ ਆਪਣੀ ਸਟੋਰੀ, ਆਪਣੀ ਕਹਾਣੀ ਦੱਸ ਰਹੇ ਹੋ, ਜੋ ਕਿ ਤੁਸੀਂ ਅਦਰਵਾਈਜ਼ ਕੋਈ ਤਰੀਕਾ ਨਹੀਂ, ਤੁਸੀਂ ਫੋਨ ਨਹੀਂ ਕਰ ਸਕਦੇ ਉਹਨੂੰ ਜਾਂ ਕੋਈ ਕੁਛ ਨਹੀਂ ਕਰ ਸਕਦੇ, ਕੋਈ ਈਮੇਲ ਨਹੀਂ ਕਰ ਸਕਦੇ। ਇੱਕੋ ਹੀ ਜ਼ਰੀਆ ਹੈਗਾ ਵੀਜ਼ਾ ਅਫਸਰ ਨੂੰ ਕਨਵਿੰਸ ਕਰਨ ਦਾ ਵੀ ਮੈਨੂੰ ਵੀਜ਼ਾ ਦੇ ਦੇ ਬਈ, ਮੈਨੂੰ ਵੀਜ਼ਾ ਦੇ ਦੇ ਪਲੀਜ਼, ਮੈਨੂੰ ਵੀਜ਼ਾ ਚਾਹੀਦਾ। ਉਹ ਇੱਕੋ ਹੀ ਤਰੀਕਾ ਹੈਗਾ ਸਟੇਟਮੈਂਟ ਆਫ ਪਰਪਸ, ਉਹਨੂੰ ਸਹੀ ਤਰੀਕੇ ਨਾਲ ਲਿਖ ਦਿਓ, ਸਹੀ ਤਰੀਕੇ ਨਾਲ ਐਡਰੈਸ ਕਰ ਦਿਓ, ਹਰ ਚੀਜ਼ ਉਹਦੇ 'ਚ ਕਵਰ ਕਰ ਦਿਓ, ਤੁਹਾਨੂੰ ਵੀਜ਼ਾ ਆਰਾਮ ਨਾਲ ਮਿਲ ਜਾਏਗਾ। ਜਿਹੜਾ 100% ਵੀਜ਼ਾ ਦੇਣ ਦਾ ਇੱਕੋ ਹੀ ਗੁਣ ਹੈ, ਇਹ ਸਾਰੀ ਚੀਜ਼ਾਂ ਕਵਰ ਕਰ ਦਿਓ, ਸਾਰੀ ਡਾਕੂਮੈਂਟੇਸ਼ਨ ਸਹੀ ਤਰੀਕੇ ਨਾਲ ਲਗਾ ਦਿਓ, ਤੁਹਾਨੂੰ ਵੀਜ਼ਾ ਮਿਲ ਜਾਏਗਾ ਆਰਾਮ ਨਾਲ, ਕੋਈ ਦਿੱਕਤ ਨਹੀਂ ਆਏਗੀ। ਠੀਕ ਹੈ ਜੀ, ਕੱਲ੍ਹ ਫਿਰ ਆਪਾਂ ਇੱਕ ਵਾਰ ਦੁਬਾਰਾ ਮਿਲਾਂਗੇ ਨਵੇਂ ਲਾਈਵ ਸੈਸ਼ਨ ਦੇ ਵਿੱਚ ਨਵੇਂ ਟੌਪਿਕ ਦੇ ਨਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।